ਤੁਸੀਂ ਮੇਰੇ ਕੋਲ ਆਓ ਮੈਂ 10 ਤਰ੍ਹਾਂ ਦਾ ਸ਼ਹਿਦ ਦਿਖਾਉਂਗਾ ਮੈਂ ਜਵੈਣ ਦਾ ਧਣੀਏ ਦਾ ਬਰਸੀਣ ਦਾ ਸੂਰਜਮੁਖੀ ਮਲਟੀ ਫਲੋਰਾ ਸਰੋਂ ਸਫੈਦਾ ਠੀਕ ਹੈ ਤੇ ਇੱਕ ਆਪਣਾ ਨੀਮ ਪਹਾੜੀ ਏਰੀਆ ਇਹ ਆਪਣਾ ਥੱਲੇ ਵਾਲਾ ਬੱਦੀ ਵਾਲਾ ਇੱਥੇ ਖੈਰ ਦਾ ਸ਼ਹਿਦ ਨਿਕਲਦਾ ਇਹਦਾ ਪਾਣੀ ਵਰਗਾ ਰੰਗ ਹੁੰਦਾ ਚਿੱਟਾ ਤੇ ਇਸ ਲੈਨ 'ਚ ਬਹੁਤ ਸਕੋਪ ਹੈ ਜੇ ਸਰਕਾਰ ਅੱਗੇ ਆਉਂਦੀ ਹੈ ਸਰਕਾਰ ਅੱਗੇ ਆਉਂਦੀ ਹੈ ਨੰਬਰ 2 ਕਿਸਾਨ ਦੀ ਆਮਦਨ ਵੀ ਵਧੂਗੀ ਤੇ ਜਿਹੜੇ ਹੁਣ ਮੇਰੇ ਵਰਗੇ ਮੱਖੀ ਪਾਲਕ ਕਿਸਾਨ ਨੇ ਸਾਨੂੰ ਵੀ ਫਾਇਦਾ ਸਾਨੂੰ ਬਾਹਰ ਜਾਣ ਦੀ ਲੋੜ ਨਹੀਂ ਪਊਗੀ ਅਸੀਂ ਆਪਣੇ ਘਰ ਬਹਿ ਸਕਦੇ ਹਾਂ ਨਹੀਂ ਅਸੀਂ ਤਾਂ ਸਾਡੀ ਤਾਂ ਤੁਸੀਂ ਕਹਿ ਸਕਦੇ ਆ ਵੀ ਸਾਡੀ ਤਾਂ ਜਿਹੜੇ ਟੱਪਰੀ ਵਾਸ ਲੋਹਾਰ ਹੁੰਦੇ ਨੇ ਸਾਡੀ ਇਹ ਜ਼ਿੰਦਗੀ ਹੈ ਅੱਜ ਸਮਾਨ ਲੱਦਿਆ ਇੱਥੇ ਤੇ ਪਰਸੋਂ ਉੱਥੇ ਉੱਥੇ ਹੁੰਦੇ ਆ ਅੱਜ ਤਾਂ ਚਲੋ ਆਪਣੇ ਬਾਬੇ ਨਾਨਕ ਨੇ ਸੁੱਖ ਰੱਖੀ ਹੋਈ ਹੈ ਚੋਰੀ ਚਕਾਰੀ ਵਾਲਾ ਕੰਮ ਘੱਟ ਹੈ ਫਿਰ ਬਾਹਰ ਦਾ ਚੋਰੀ ਹੁੰਦੀ ਹੈ ਸਾਡੀ ਤੇ ਫਿਰ ਜਿਹੜੇ ਉੱਥੇ ਕਿਸਾਨ ਨੇ ਉੱਥੇ ਜ਼ਿਆਦਾਤਰ ਐਂ ਮੰਨ ਕੇ ਚਲੋ ਵੀ 70% ਇਹੋ ਜਿਹੇ ਬੰਦੇ ਮਿਲਣਗੇ ਜਿਹੜੇ ਪੇੜ ਜਗ੍ਹਾ ਦੇਣਗੇ ਸਾਨੂੰ ਆਪਣੇ ਤਾਂ ਚਲੋ ਹਾਂ ਗੁਰੂਆਂ ਦੀ ਧਰਤੀ ਹੈ ਆਪਣੇ ਆਪਣੇ ਤਾਂ ਨਹਿਰਾਂ ਨਾਲੇ ਬਹੁਤ ਨੇ ਚੱਲ ਜਾਂਦਾ ਕੰਮ 12ਵੀਂ ਪਾਸ ਕਰਨ ਤੋਂ ਬਾਅਦ ਮੋਹਾਲੀ ਜ਼ਿਲ੍ਹੇ ਦੇ ਪਿੰਡ ਗੁੜਾਣਾ ਦੇ ਨੌਜਵਾਨ ਕੁਲਵਿੰਦਰ ਸਿੰਘ ਸ਼ੇਰਗਿੱਲ ਨੇ ਮੁੜ ਕੇ ਪਿੱਛੇ ਨਹੀਂ ਦੇਖਿਆ ਸੁਨਹਿਰੀ ਭਵਿੱਖ ਲਈ ਵਿਦੇਸ਼ ਜਾਣਾ ਤਾਂ ਦੂਰ ਦੀ ਗੱਲ ਏ ਉਸਨੇ ਪੰਜਾਬ ਵਿੱਚ ਵੀ ਕਦੇ ਸਰਕਾਰੀ ਨੌਕਰੀ ਲਈ ਕੋਈ ਫਾਰਮ ਨਹੀਂ ਭਰਿਆ ਸ਼ਹਿਦ ਖਾਣ ਦੇ ਚੱਕਰ ਵਿੱਚ ਮਧੂ ਮੱਖੀ ਪਾਲਣ ਲੱਗਾ ਅਤੇ ਆਪਣੀ ਮਿਹਨਤ ਅਤੇ ਦ੍ਰਿੜ ਇਰਾਦਿਆਂ ਸਦਕਾ ਅਜਿਹੀ ਮੱਲ ਮਾਰੀ ਕਿ ਉਹ ਅੱਜ ਬਿਨਾਂ ਜ਼ਮੀਨ ਤੋਂ 15 ਲੱਖ ਸਾਲਾਨਾ ਕਮਾ ਰਿਹਾ ਏ ਇੰਨਾ ਹੀ ਨਹੀਂ ਇਸ ਕਿੱਤੇ ਵਿੱਚੋਂ ਹੋਰਨਾਂ ਨੂੰ ਰੋਜ਼ਗਾਰ ਦੇਣ ਦੇ ਨਾਲ ਨਾਲ ਉਹ ਲਗਾਤਾਰ ਸਫਲਤਾ ਦੀਆਂ ਉਚਾਈਆਂ ਨੂੰ ਛੂ ਰਿਹਾ ਏ ਸਤਿ ਸ਼੍ਰੀ ਅਕਾਲ ਜੀ ਸਾਡੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਈ ਜੀ ਮੇਰਾ ਨਾਮ ਕੁਲਵਿੰਦਰ ਸਿੰਘ ਸ਼ੇਰਗਿੱਲ ਹੈ ਮੇਰਾ ਪਿੰਡ ਗੜਾਣਾ ਇੱਥੇ ਮੋਹਾਲੀ ਦੇ ਜੜ 'ਚ ਹੈ ਅਤੇ ਮੈਂ ਇੱਕ ਸਧਾਰਨ ਜੀ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦਾ ਅਤੇ ਮੇਰੇ ਬਾਪੂ ਕੋਲ ਐਡੀ ਕੋਈ ਜ਼ਿਆਦਾ ਜ਼ਮੀਨ ਵੀ ਨਹੀਂ ਹੈਗੀ ਅਤੇ ਲਗਭਗ ਤੁਸੀਂ ਇਹ ਮੰਨ ਲਓ ਵੀ ਮੇਰਾ 100 ਦਾ 100% ਕੰਮ ਮੱਖੀਆਂ ਦੇ ਸਿਰ 'ਤੇ ਹੈ ਅਤੇ ਇਸ ਟਾਈਮ ਵੀ ਤੁਸੀਂ ਮੰਨ ਕੇ ਚੱਲੋ ਵੀ ਮੇਰੇ ਕੋਲ ਲਗਭਗ 700 ਤੋਂ 750 ਦੇ ਗਰੀਬ ਡੱਬੇ ਚੱਲ ਰਹੇ ਨੇ ਅਤੇ 2 ਲੇਬਰ ਦਾ ਮੇਰੇ ਕੰਮ ਇਹ ਕਰ ਰਹੇ ਨੇ ਅਤੇ 1 ਪਰੇ ਹੈ ਇਹ ਮੰਨ ਕੇ ਚੱਲੋ ਵੀ 3 ਤੋਂ 4 ਬੰਦੇ ਹਰ ਸਾਲ ਦੇ ਹਰ ਟਾਈਮ ਮੇਰੇ ਕੋਲ ਰਹਿੰਦੇ ਨੇ ਅਤੇ ਹਾਂ ਇਹ ਗੱਲ 'ਚ ਸਚਾਈ ਹੈ ਵੀ ਮੈਂ 12 ਤੋਂ 15 ਲੱਖ ਰੁਪਇਆ ਆਰਾਮ ਨਾਲ ਸਾਲ 'ਚ ਕੱਢ ਲੈਂਦਾ ਜੇ ਸਮਾਂ ਵਧੀਆ ਲੱਗ ਜਾਵੇ ਜਿਸ ਤਰ੍ਹਾਂ ਆਪਣਾ ਕਿਸਾਨੀ ਨੂੰ ਜਿੱਦਾਂ ਕਹਿੰਦੇ ਵੀ ਇਸ ਵਾਰ ਮੌਸਮ ਵਧੀਆ ਹੋ ਗਿਆ ਜੇ ਇਹ ਹੋ ਜਾਵੇ ਤਾਂ ਇਹ ਵੱਧ ਵੀ ਸਕਦੀ ਹੈ ਹੋਰ ਵੀ ਵੱਧ ਸਕਦੀ ਅਤੇ ਐਜੂਕੇਸ਼ਨ ਮੇਰੀ ਐਡੀ ਕੋਈ ਜ਼ਿਆਦਾ ਨਹੀਂ ਮੈਂ +2 ਕਰੀ ਹੋਈ ਹੈ ਅਤੇ ਬਾਈ ਜੀ ਮੈਂ ਅੱਜ ਤੱਕ ਕਿਸੇ ਵੀ ਮਤਲਬ ਸਰਕਾਰੀ ਸੰਸਥਾ ਵੱਲ ਨਹੀਂ ਦੇਖਿਆ ਨਾ ਮੈਂ ਅੱਜ ਤੱਕ ਕਿਸੇ ਨੌਕਰੀ ਦਾ ਫਾਰਮ ਭਰਿਆ ਠੀਕ ਹੈ ਅਤੇ ਇਹ ਮੰਨ ਕੇ ਚੱਲੋ ਵੀ ਨਾ ਮੈਂ ਕਿਤੇ ਲਾਈਨ 'ਚ ਲੱਗਿਆ ਮੈਂ ਜਦੋਂ ਤੋਂ ਆਪਣੀ +2 ਕੀਤੀ ਹੈ ਉਹ ਤੋਂ ਬਾਅਦ ਮੈਂ ਇਹੀ ਕੰਮ ਕਰ ਰਿਹਾ ਅਤੇ ਇਹ ਦੇਣ ਹੈ ਮੇਰੇ ਚਾਚਾ ਦੀ ਸਰਦਾਰ ਚਾਚਾ ਜੀ ਮੇਰੇ ਸਰਦਾਰ ਗੁਰਮੁਖ ਸਿੰਘ ਜੀ ਉਹਨਾਂ ਨੇ 1992 ਦੇ ਵਿੱਚ ਸ਼ਾਇਦ ਮੈਂ 93 ਹੋਵਾਂ ਮੈਂ ਠੀਕ ਨਾ ਹੋਵਾਂ 92-93 'ਚ ਉਹਨਾਂ ਨੇ ਟ੍ਰੇਨਿੰਗ ਕੀਤੀ ਇਹਦੀ ਮਧੂਮੱਖੀਆਂ ਦੀ ਅਤੇ ਉਹ ਡੱਬੇ ਲੈ ਕੇ ਆਏ ਅਤੇ ਉਹਨਾਂ ਦੇ ਨਾਲ ਮੈਂ ਉਸ ਟਾਈਮ ਛੋਟੀ ਉਮਰ ਦਾ ਸੀਗਾ ਅਤੇ ਸ਼ਾਇਦ ਖਾਣ ਦੇ ਚੱਕਰ 'ਚ ਮੈਂ ਵੀ ਕੰਮ ਕਰਾਉਂਦਾ ਤਾ ਉਹਨਾਂ ਦੇ ਨਾਲ ਅਤੇ ਹੌਲੀ ਹੌਲੀ ਕਰਦਾ ਕਰਦਾ ਮੈਂ ਇਸੇ ਕਿੱਤੇ 'ਚ ਆ ਗਿਆ ਅਤੇ 2000 ਦੇ ਵਿੱਚ ਮੈਂ ਕਮਰਸ਼ਲੀ ਇਸ ਕਿੱਤੇ ਨੂੰ ਕਰਨ ਲੱਗਿਆ ਅਤੇ ਉਹ ਮਤਲਬ ਤੁਹਾਡਾ ਜਿਹੜਾ ਇਸ ਕਿੱਤੇ ਵੱਲ ਆਉਣ ਦਾ ਜਿਹੜਾ ਜ਼ਰੀਆ ਰਿਹਾ ਤੁਹਾਡੇ ਚਾਚਾ ਜੀ ਰਹੇ ਮੇਰੇ ਚਾਚਾ ਜੀ ਸਰਦਾਰ ਗੁਰਮੁਖ ਸਿੰਘ ਅਤੇ ਫਿਰ ਜਿਵੇਂ 2 ਡੱਬਿਆਂ ਤੋਂ ਸ਼ੁਰੂ ਕੀਤਾ ਤੁਸੀਂ ਹਾਂਜੀ ਉਹਨਾਂ ਤੋਂ ਉਹਨਾਂ ਨੇ ਮੈਨੂੰ ਗਿਫਟ 'ਚ ਦਿੱਤੇ ਵੀ ਲੈ ਤੂੰ ਵੀ ਕਰਕੇ ਦੇਖ ਤੂੰ ਵੀ ਕਰਕੇ ਦੇਖ ਅੱਜ ਤੁਸੀਂ ਇਹ ਆਇਆ ਤਕਰੀਬਨ 700 ਤੋਂ ਉੱਪਰ ਡੱਬੇ ਨੇ ਤੁਹਾਡੇ 700 ਤੋਂ ਮੇਰੇ ਕੋਲ ਵੀਰ ਜੀ ਚੱਲ ਰਹੇ ਨੇ ਅੱਛਾ ਅਤੇ ਤੁਸੀਂ ਇਹ ਮੰਨ ਕੇ ਚੱਲੋ ਜੇ ਮੇਰੇ ਕੋਲ 700 'ਚ ਹੁਣ ਚੱਲਦੇ ਨੇ ਅਤੇ ਸੀਜ਼ਨ ਤੋਂ ਪਹਿਲਾਂ ਮੇਰੇ ਕੋਲ 900 ਦੇ 850-900 ਦੇ ਗਰੀਬ ਡੱਬੇ ਸੀਗੇ ਇਹ ਘੱਟਦੇ ਵੱਧਦੇ ਨੇ ਅਤੇ ਮੈਂ ਸੈਂਕੜੇ ਫਰੇਮਾਂ ਜੇ ਆਪਾਂ ਇਹਨੂੰ ਫਰੇਮ ਦੇ ਹਿਸਾਬ ਨਾਲ ਇਹਦੀ ਗਿਣਤੀ ਕਰਦੇ ਹਾਂ ਡੱਬੇ 'ਚ 9 ਫਰੇਮਾਂ ਸੈਂਕੜੇ ਫਰੇਮਾਂ ਮੈਂ ਸੇਲ ਕਰ ਚੁੱਕਿਆ ਅਤੇ ਮੰਨ ਕੇ ਚੱਲੋ ਵੀ ਦਰਜਣਾ ਬੰਦਿਆਂ ਨੂੰ ਮੈਂ ਮੱਖੀ ਵੇਚ ਚੁੱਕਿਆ ਉਹਨਾਂ ਨੂੰ ਰੋਜ਼ਗਾਰ ਦੇ ਚੁੱਕਾ ਦੇ ਚੁੱਕੇ ਹੋ ਜੇ ਤੁਹਾਡੇ 'ਚ ਲਗਨ ਹੈ ਤੁਸੀਂ ਮਿਹਨਤ ਨਾਲ ਕੰਮ ਕਰੋਗੇ ਤੁਸੀਂ ਇਹਨੂੰ ਕਿਤੇ ਵੀ ਲੈ ਜਾ ਸਕਦੇ ਹੋ ਧੰਦੇ ਨੂੰ ਕਿਤੇ ਵੀ ਲੈ ਹਾਂ ਤੁਸੀਂ ਕਿਸੇ ਵੀ ਲੈਵਲ 'ਤੇ ਲੈ ਜਾ ਸਕਦੇ ਹੋ ਅਤੇ ਇਹ ਮੈਂ ਦਾਅਵੇ ਨਾਲ ਕਹਿ ਸਕਦਾ ਜੇ ਤੁਸੀਂ 2000 ਡੱਬਾ ਰੱਖੋ ਤੁਸੀਂ 5-7 ਬੰਦੇ ਵੀ ਰੱਖੋਗੇ ਥੱਲੇ ਗੱਡੀ ਵੀ ਹੋਊਗੀ ਤੁਹਾਡੇ ਤੁਹਾਨੂੰ ਕਿਸੇ ਅਮਰੀਕਾ ਕੈਨੇਡਾ ਜਾਣ ਦੀ ਜ਼ਰੂਰਤ ਨਹੀਂ ਹੈਗੀ
अच्छा हां थोड़ा जाए च साडियां सरकारां जे साथ दे देन ता साडा नौजवान किते बाहर जाके न रुले उरे बहुत कुछ है साडे कोल बहुत कुछ है ਤੇ ਪੇਸ਼ੈਂਸ ਚਾਹੀਦਾ ਤੁਹਾਨੂੰ ਪੇਸ਼ੈਂਸ ਚਾਹੀਦਾ ਜੀ ਪੇਸ਼ੈਂਸ ਬਹੁਤ ਜ਼ਰੂਰੀ ਹੈ ਕਿਤੇ ਦੇ ਵਿੱਚ ਬਿਲਕੁਲ ਤੇ ਮਤਲਬ ਜਿਹੜਾ ਹੁਣ ਆਪਾਂ ਇਨਕਮ ਦੀ ਗੱਲ ਕਰਦੇ ਹਾਂ ਤੇ ਇਨਕਮ ਦੇ ਵਿੱਚ ਕੀ ਆ ਜਾਂਦਾ ਤੁਹਾਡਾ ਇਕੱਲੇ ਸ਼ਹਿਦ ਹੋ ਗਿਆ ਜਾਂ ਹੋਰ ਵੀ ਇਨਕਮ ਦੇ ਵਿੱਚ ਬਾਈ ਜੀ ਮੇਨ ਤਾਂ ਸਾਡਾ ਸ਼ਹਿਦ ਹੈ ਅੱਛਾ ਸ਼ਹਿਦ ਤੋਂ ਇਲਾਵਾ ਅਸੀਂ ਮੱਖੀਆਂ ਸੇਲ ਕਰਦੇ ਹਾਂ ਤੇ ਸ਼ਹਿਦ ਕੱਢਦੇ ਹਾਂ ਅਸੀਂ ਉਹ ਤੋਂ ਮੋਮ ਨਿਕਲਦਾ ਮੋਮ ਸੇਲ ਕਰਦੇ ਹਾਂ ਪ੍ਰੋਪੋਲਿਸ ਹੁੰਦੀ ਹੈ ਇਹਨਾਂ 'ਚੋਂ ਇੱਕ ਹੁਣ ਦੋ ਚਾਰ ਕੁ ਸਾਲਾਂ ਤੋਂ ਇੱਕ ਨਵਾਂ ਪ੍ਰੋਡਕਟ ਐਡ ਹੋਇਆ ਪੋਲਣ ਸੁਪਰ ਫੂਡ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਹੈ ਯੂਨੀਵਰਸਿਟੀ ਸਾਨੂੰ ਦੱਸਿਆ ਸੀਗਾ ਉਹਦੇ ਬਾਰੇ ਅਤੇ ਰੋਇਲ ਜੈਲੀ ਅਤੇ ਆਪਣਾ ਬੀ ਵੈਨਮ ਇਹ ਰੋਇਲ ਜੈਲੀ ਅਤੇ ਬੀ ਵੈਨਮ ਇਹ ਨਵੇਂ ਕੰਸੈਪਟ ਨੇ ਹਾਲੇ ਆਪਣੇ ਇੰਡੀਆ 'ਚ ਇਹ ਬਾਕੀ ਕੰਮ ਆਸਾਨੀ ਨਾਲ ਹੋ ਰਹੇ ਨੇ ਆਪਣੇ ਯਾਨੀ ਇੱਕ ਤਾਂ ਸ਼ਹਿਦ ਹੋ ਗਿਆ ਸ਼ਹਿਦ ਹੋ ਗਿਆ ਜੀ ਸ਼ਹਿਦ ਹੋ ਗਿਆ ਪੋਲਣ ਹੋ ਗਿਆ ਮੱਖੀ ਹੋ ਗਈ ਤੇ ਮੋਮ ਹੋ ਗਿਆ ਮੱਖੀ ਹੋ ਗਈ ਤੁਸੀਂ ਡੱਬੇ ਵੀ ਅੱਗੇ ਵੇਚ ਦਿੰਦੇ ਹੋ ਹਾਂ ਅਸੀਂ ਸੇਲ ਕਰ ਦਿੰਦੇ ਜੀ ਮੱਖੀ ਅੱਗੇ ਸੇਲ ਕਰਦੇ ਜੋ ਨਵੇਂ ਚਾਹਵਾਨ ਨੇ ਰੱਖਣ ਦੇ ਉਹਨਾਂ ਨੂੰ ਆਪਾਂ ਸੇਲ ਕਰ ਦਿੰਦੇ ਹਾਂ ਤੇ ਸ਼ਹਿਦ ਦਾ ਤੁਹਾਡਾ ਫਿਰ ਜਿਹੜਾ ਹੈਗਾ ਆ ਤੇ ਇੱਕ ਡੱਬੇ ਦੇ ਵਿੱਚੋਂ ਕਿੰਨਾ ਕੁ ਨਿਕਲ ਜਾਂਦਾ ਹੈ ਸ਼ਹਿਦ ਬਾਈ ਜੀ ਇਹਦਾ ਫਸਲੀ ਸਿਸਟਮ ਹੈ ਫਸਲੀ ਜਿਸ ਤਰ੍ਹਾਂ ਆਪਾਂ ਕਹਿ ਦਈਏ ਵੀ ਇਸ ਵਾਰ ਝਾੜ ਇਸ ਵਾਰ ਆਪਣੇ ਜੀਰੀਆਂ ਬਹੁਤ ਵਧੀਆ ਨੇ ਇਸ ਵਾਰ ਝਾੜ ਵਧੀਆ ਨਿਕਲੂਗਾ ਜੇ ਸਮਾਂ ਵਧੀਆ ਲੱਗ ਜਾਵੇ ਇੱਕ ਡੱਬਾ 15 ਤੋਂ ਲੈ ਕੇ 30 ਕਿਲੋ ਤੱਕ ਚਲੇ ਜਾਂਦਾ ਆਰਾਮ ਨਾਲ ਅੱਛਾ 30 ਕਿਲੋ ਤੱਕ ਐਵਰੇਜ ਚਲੇ ਜਾਂਦੀ ਹੈ ਜੇ ਸਮਾਂ ਮਾੜਾ ਲੱਗ ਜਾਵੇ ਥੱਲੇ ਘੱਟ ਵੀ ਰਹਿ ਜਾਂਦੀ ਹੈ ਇਹ ਸਿਸਟਮ ਹੈ ਇਹਦਾ ਅੱਛਾ ਤੇ ਫਿਰ ਇੱਕ ਡੱਬੇ ਦੀ ਆਪਾਂ ਉਦਾਹਰਨ ਮੰਨ ਕੇ ਚੱਲਦੇ ਹਾਂ ਇੱਕ ਤਾਂ ਉੱਥੋਂ 15 ਤੋਂ 20 ਕਿਲੋ ਤੱਕ ਸ਼ਹਿਦ ਨਿਕਲ ਜਾਂਦਾ ਸ਼ਹਿਦ ਨਿਕਲ ਜਾਂਦਾ ਹੋਰ ਉੱਥੋਂ ਕਮਾਈ ਦਾ ਕੀ ਜ਼ਰੀਆ ਹੋ ਗਿਆ ਤੇ ਉਹ ਵੱਧਦਾ ਹੈ ਮੱਖੀ ਵੱਧਦੀ ਹੈ ਉੱਥੋਂ ਜਿਸ ਤਰ੍ਹਾਂ ਮੱਖੀ ਵੱਧ ਗਈ ਜਿਸ ਤਰ੍ਹਾਂ ਤੁਸੀਂ ਮੰਨ ਲਓ ਤੁਹਾਡੇ ਕੋਲ ਛੋਟੇ ਜਿਹਾ ਪਸ਼ਟ ਸਕੇਲ ਤੋਂ ਸ਼ੁਰੂ ਕਰੀਏ ਤੁਸੀਂ ਕੋਈ ਵੀ ਨਵਾਂ ਫਾਰਮਰ ਹੈ 100 ਡੱਬੇ ਲੈ ਕੇ ਜਾਂਦਾ ਉੱਥੋਂ ਉਹਦਾ ਵਧੀਆ ਸੀਜ਼ਨ ਲੱਗਦਾ ਉਹਦੇ 100 ਦੋ 150 ਆਉਣਗੇ ਵਾਪਸ 150 ਆ ਜਾਣਗੇ ਹਾਂ ਸੀਜ਼ਨ ਲਾ ਕੇ 150 ਹੋਣਗੇ ਉਹਦਾ ਸ਼ਹਿਦ ਅਲੱਗ ਤੋਂ ਹੋ ਗਿਆ ਪਲੱਸ 50 ਡੱਬੇ ਮੱਖੀ ਦੇ ਮੱਖੀ ਦੇ ਹੋ ਗਿਆ ਮੱਖੀ ਦੇ ਹੋ ਗਿਆ ਹਾਂਜੀ ਤੇ ਫਿਰ ਉਹ ਮੱਖੀ ਵੇਚ ਦੂਗਾ ਮੱਖੀ ਵੇਚ ਸਕਦਾ ਜਾਂ ਪਰਸਨਲੀ ਉਹਨੂੰ ਆਪਣੇ ਹੋਰ ਵਧਾ ਸਕਦਾ ਤੇ ਜੇ ਵੇਚਣੀ ਹੋਵੇ ਮੱਖੀ ਫਿਰ ਕੀ ਹਿਸਾਬ ਨਾਲ ਅੱਗੇ ਮੱਖੀ ਬਾਈ ਜੀ ਜਾਂ ਤਾਂ ਜਿਹੜੇ ਨਵੇਂ ਆਪਣੇ ਕਿਸਾਨ ਨੇ ਉਹ ਲੈਂਦੇ ਨੇ ਨਵੇਂ ਲੈਂਦੇ ਨੇ ਜਾਂ KVK ਵਾਲੇ ਟ੍ਰੇਨਿੰਗ ਕਰਾਉਂਦੇ ਨੇ ਜੋ ਇਹਨਾਂ ਦੇ ਟ੍ਰੇਨੀ ਹੁੰਦੇ ਨੇ ਉਹ ਸਾਡੇ ਨਾਲ ਲਿੰਕ ਕਰਦੇ ਨੇ ਉਹ ਲੈ ਲੈਂਦੇ ਉਹ ਲੈ ਲੈਂਦੇ ਹਾਂਜੀ ਤੇ ਉਹਦਾ ਵੀ ਰੇਟ ਵਗੈਰਾ ਹੁੰਦਾ ਹੈ ਇਹਦਾ ਸਮੇਂ-ਸਮੇਂ ਦਾ ਰੇਟ ਹੁੰਦਾ ਜੀ ਸਮੇਂ-ਸਮੇਂ ਦਾ ਇਹਦੇ ਵਿੱਚ ਇੱਕ ਡੱਬੇ ਦੇ ਵਿੱਚ 10 ਫਰੇਮਾਂ ਆਉਂਦੀਆਂ ਨੇ ਜੀ 10 ਤੇ ਇਹਦਾ ਰੇਟ ਤੇ ਹੁੰਦਾ ਫਰੇਮ ਦੇ ਹਿਸਾਬ ਨਾਲ ਕਿੰਨੀਆਂ ਮੱਖੀਆਂ ਹੁੰਦੀਆਂ ਨੇ ਇੱਕ ਡੱਬੇ ਦੇ ਵਿੱਚ ਇਹਦੀ ਕੋਈ ਸਾਇੰਟੀਫਿਕ ਗਿਣਤੀ ਨਹੀਂ ਪਰ ਕਿਹਾ ਜਾਂਦਾ ਵੀ 60,000 ਤੋਂ ਲੈ ਕੇ 90,000 ਤੱਕ ਇੱਕ ਡੱਬੇ 'ਚ ਮੱਖੀ ਹੋ ਸਕਦੀ ਹੈ ਸੀਜ਼ਨ ਹਾਂ ਸੀਜ਼ਨ ਟਾਈਮ ਸੀਜ਼ਨ ਬਹੁਤ ਜ਼ਿਆਦਾ ਆ ਤਾਂ ਫਿਰ ਬਹੁਤ ਜ਼ਿਆਦਾ ਆ ਅਤੇ ਇੱਕ ਤੁਸੀਂ ਦੱਸਿਆ ਸ਼ਹਿਦ ਦਾ ਇੱਕ ਹੋ ਗਿਆ ਹੁਣ ਤੁਹਾਡਾ ਮੱਖੀ ਦਾ ਹੈ ਨਾ ਹਾਂਜੀ ਅਤੇ ਉਦੋਂ ਬਾਅਦ ਤੁਹਾਡੀ ਮੋਮ ਮੋਮ ਵੇਚਦੇ ਹੋ ਤੁਸੀਂ ਮੋਮ ਵੇਚਦੇ ਹਾਂ ਜੀ ਉਹਦਾ ਕੀ ਰੇਟ ਰਹਿੰਦਾ ਮੋਮ ਦਾ ਜੇ ਤਾਂ ਤੁਸੀਂ ਉਹਨੂੰ ਆਪ ਪ੍ਰੋਸੈਸ ਕਰਕੇ ਉਹਦੀਆਂ ਮੋਮਬੱਤੀਆਂ ਬਣਾ ਦਿਓ ਜਿਹੜੀਆਂ ਕੋਸਮੈਟਿਕਸ ਦੀਆਂ ਪ੍ਰੋਡਕਟ ਬਣਦੇ ਨੇ ਪ੍ਰੋਡਕਟ ਬਣਦੇ ਨੇ ਉਹਨਾਂ ਉਹ ਉਹਨਾਂ ਨੂੰ ਵੇਚੋ ਸਭ ਤੋਂ ਵਧੀਆ ਤਾਂ ਜਾਂ ਫਿਰ ਇਹਨਾਂ ਦੀਆਂ ਸੀਟਾਂ ਬਣਦੀਆਂ ਨੇ ਮੋਮ ਦੀਆਂ ਤੁਸੀਂ ਦੁਬਾਰਾ ਉਹਦੀ ਸੀਟ ਬਣਾ ਕੇ ਇਹਨਾਂ 'ਚ ਪਾਓ ਛੱਤੇ ਵੱਧਦੇ ਨੇ ਅਤੇ ਇਹਦੇ ਨਾਲ ਵਧੀਆ ਚੱਲ ਜਾਂਦਾ ਕੰਮ ਆਪਣਾ ਇਹਦਾ ਵੀ ਰੇਟ ਹੁੰਦਾ ਫਿਰ ਮੋਮ ਦਾ ਮੋਮ ਦੀ ਇੱਕ ਜਿਹੜਾ ਆਪਣੀ ਇਹਦੀ ਸ਼ਹਿਦੀ ਮੱਖੀ ਦਾ ਮੋਮ ਹੈ ਸ਼ਾਇਦ ਤੁਹਾਨੂੰ ਇਸ ਬਾਰੇ ਜਾਣਕਾਰੀ ਹੋਵੇ ਪਹਿਲਾਂ ਵੀ ਹੋਵੇ ਇਹਦੀ ਵਰਤੋਂ ਜ਼ਿਆਦਾਤਰ ਗਿਰਜਾ ਘਰਾਂ 'ਚ ਹੁੰਦੀ ਹੈ ਅਤੇ ਉਹ ਜਿਹੜੇ ਆਪਣੇ ਈਸਾਈ ਧਰਮ ਵਾਲੇ ਵੀਰ ਨੇ ਉਹ ਬੜੇ ਚਾਅ ਨਾਲ ਖਰੀਦਦੇ ਨੇ ਇਸ ਚੀਜ਼ ਨੂੰ ਅਤੇ ਇਹਨੂੰ ਪਵਿੱਤਰ ਮੰਨਦੇ ਨੇ ਉੱਥੇ ਪੈਰੀਫਿਨ ਮੋਮ ਦਾ ਯੂਜ਼ ਨਹੀਂ ਹੁੰਦਾ ਇਸ ਮੋਮਬੱਤੀ ਦਾ ਹੁੰਦਾ ਹਾਂ ਜੇ ਆਪਾਂ ਮੋਮਬੱਤੀ ਕੋਈ ਐਡਾ ਬੜਾ ਉਹ ਵੀ ਨਹੀਂ ਹੈ ਵੀ ਉਹਦੀ ਟ੍ਰੇਨਿੰਗ ਲੈਣੀ ਪਊਗੀ ਕੁਛ ਕਰਨਾ ਪਊਗਾ ਤੁਸੀਂ ਮੋਮਬੱਤੀ ਵਾਲਾ ਬਿਜ਼ਨਸ ਨਾਲ ਸ਼ੁਰੂ ਕਰ ਦਿਓ ਕਰ ਹਾਂ ਕਰ ਸਕਦੇ ਤੁਹਾਡਾ ਮੁਨਾਫਾ ਹੋਰ ਵੱਧ ਜਾਊਗਾ ਜੀ ਨਾਲੇ ਉਹ ਕੋਈ ਇੰਨਾ ਟੈਕਨੀਕਲ ਉਹ ਨਹੀਂ ਹੈਗਾ ਬਿਲਕੁਲ ਹਨਾ ਵੀ ਕੋਈ ਸਿੱਖੋਗੇ ਮਸ਼ੀਨਾਂ ਲਾਉਣੀਆਂ ਪੈਣਗੀਆਂ ਤੇ ਸ਼ਹਿਦ ਦੀ ਗੱਲ ਸ਼ਹਿਦ ਬਲਕ 'ਚ ਵੇਚਣ ਦੀ ਬਜਾਏ ਤੁਸੀਂ ਆਪਣਾ ਬ੍ਰਾਂਡ ਬਣਾਓ ਪੈਕਿੰਗ ਕਰੋ ਉਹਦੇ ਨਾਲ ਵੇਚੋ ਉਹਦੇ ਨਾਲ ਵੀ ਤੁਹਾਡਾ 4 ਗੁਣਾ ਵੱਧਦਾ ਵੱਧ ਕਮਾਈ ਹੁੰਦੀ ਹੈ ਤੇ ਬਲਕ ਦੇ ਵਿੱਚ ਤਾਂ ਰੇਟ ਘੱਟ ਰਹਿੰਦਾ ਹੋਊਗਾ ਬਲਕ ਦੇ ਵਿੱਚ ਰੇਟ ਘੱਟ ਰਹਿੰਦੇ ਨੇ ਤੇ ਜੇ ਆਪਾਂ ਜਿਵੇਂ ਹੁਣ ਤੁਸੀਂ ਦੱਸਿਆ ਸ਼ਹਿਦ ਦਾ ਹੋ ਗਿਆ ਮੋਮ ਹੋ ਗਈ ਆਪਣੇ ਕੋਲ ਮੱਖੀ ਹੋ ਗਈ ਹੋਰ ਕਿਹੜਾ ਇੱਕ ਡੱਬੇ 'ਚ ਕਮਾਈ ਦਾ ਜ਼ਰੀਆ ਰਹਿੰਦਾ ਇਸ ਤੋਂ ਇਲਾਵਾ ਪੋਲਣ ਹੋ ਗਿਆ ਪੋਲਣ ਹੋ ਗਿਆ ਹਾਂ ਪੋਲਣ ਵੱਡੀ ਚੀਜ਼ ਹੈ ਪਿਛਲੇ ਸਮੇਂ ਤੋਂ ਇਹਦੀ ਮਾਰਕੀਟ ਵਧੀਆ ਹੈ ਬਿਲਕੁਲ ਬਿਲਕੁਲ ਇਹ ਦੁਨੀਆ ਦੇ 10 ਸੁਪਰ ਫੂਡਾਂ 'ਚ ਇਹਦੀ ਗਿਣਤੀ ਆਉਂਦੀ ਹੈ ਸੁਪਰ ਫੂਡ ਕਿਹਾ ਜਾਂਦਾ ਹੈ ਨਾ ਨੈਚੁਰਲ ਮਲਟੀ ਵਿਟਾਮਿਨ ਕਹਿ ਲਓ ਇਹਨੂੰ ਤੇ ਹੈਲਥ ਦੇ ਵਿੱਚ ਬਹੁਤ ਯੋਗਦਾਨ ਜਿਹੜੇ ਬੰਦੇ ਹੈਲਥ ਕੌਂਸ਼ੀਅਸ ਨੇ ਉਹ ਬੜੇ ਇਸ ਦੇ ਚਾਹਵਾਨ ਨੇ ਜਿਮ ਦੇ ਵਿੱਚ ਜਾਂ ਹੋਰ ਜਿਹੜੇ ਜਿਮ ਵਾਲੇ ਜਾਂ ਆਪਣੇ ਨਵੇਂ ਜਵਾਕ ਜਾਂ ਆਪਣੇ ਬਜ਼ੁਰਗ ਇਹਨਾਂ ਵਾਸਤੇ ਬਹੁਤ ਵਧੀਆ ਬੱਚਿਆਂ ਵਾਸਤੇ ਹਾਂਜੀ ਹਾਂਜੀ ਤੇ ਉਹਦੇ 'ਚੋਂ ਫਿਰ ਇੱਕ ਡੱਬੇ 'ਚੋਂ ਕਿੰਨਾ ਕੁ ਪੋਲਣ ਨਿਕਲ ਆਉਂਦਾ ਪੋਲਣ ਇਹ ਸੀਜ਼ਨਲ ਪ੍ਰੋਡਕਟ ਹੈ ਜੀ ਇਹ ਸੀਜ਼ਨ 'ਚ ਇਹਦਾ
किते टाइम मिलिया तां खावांगे तुहानूं। एक दिन च इह हुण आपां जे घरे हुंदे मैं तां पुलन ट्रैप दिखा दिंदा तुहानूं, उहदे थले टो ट्रे बणी हुंदी है, उह मन लो बई 50 ग्राम दे आस पास, 35 तों 50 ग्राम दे आस पास एक दिन च पुलन कलैक्ट कर दिंदा इक डब्बा। अच्छा, ते मार्केट दे विच इहदा किन्ना रेट रहिंदा? मार्केट दे विच जे असीं इस नूं जिद्दां मैं कहा भी जीमां वगैरह दे इहदा 2000 रुपए के जी, 2000 रुपए के जी आराम नाल विकदा। ओह, इह तुहाडा साइड तुहाडा नाल जुड़ के शहर दे नाल जुड़ के? बिल्कुल, जे असीं उस नूं सेल नहीं करना तां उही पुलन साडे जे मक्खी दे ਘੱਟ ਦੇ ਦਿਨ ਹੁੰਦੇ ਨੇ, ਮਤਲਬ ਇਹਦਾ ਮਾੜਾ ਟਾਈਮ ਚੱਲਦਾ ਹੁੰਦਾ, ਫੁੱਲ ਨਹੀਂ ਹੁੰਦਾ ਬਾਹਰ, ਅਸੀਂ ਉਹਨੂੰ ਦੁਬਾਰਾ ਖਵਾ ਸਕਦੇ ਹਾਂ, ਰੀਫੀਡ ਕਰ ਸਕਦੇ ਹਾਂ, ਰੀਫੀਡ ਹੋ ਜਾਂਦਾ। ਹਾਂਜੀ ਬਿਲਕੁਲ, ਉਹਨਾਂ ਦੀ ਨੈਚੁਰਲ ਖੁਰਾਕ ਹੋ ਗਈ, ਉਹਨਾਂ ਦੀ ਨੈਚੁਰਲ ਖੁਰਾਕ ਹੋ ਗਈ, ਬਿਲਕੁਲ। ਅਤੇ ਇਹ ਜਿਵੇਂ ਆਪਾਂ ਸ਼ਹਿਦ ਦੀ ਗੱਲ ਕੀਤੀ ਆ, ਅਤੇ ਸ਼ਹਿਦ ਤਾਂ ਕਈ ਤਰ੍ਹਾਂ ਦੇ ਹੁੰਦੇ ਨੇ, ਹੈ ਨਾ, ਜਿਵੇਂ ਤੁਸੀਂ ਵਾਈਟ ਦੱਸਿਆ ਆਪਣੇ, ਅਤੇ ਜਿਵੇਂ ਹੁਣ ਤੁਸੀਂ ਆਪਣੀ ਗੱਲਬਾਤ 'ਚ ਗੱਲ ਕਰ ਰਹੇ ਸੀ ਵੀ ਦੁਕਾਨ 'ਤੇ ਜਾਓਗੇ ਤੁਹਾਨੂੰ ਇੱਕ ਕਲਰ ਦਾ ਸ਼ਹਿਦ ਮਿਲੂਗਾ, ਸਾਡੇ ਕੋਲ ਆਓਗੇ ਤੁਹਾਨੂੰ ਕਈ ਕਲਰ ਦੇ ਸ਼ਹਿਦ ਮਿਲਣਗੇ, ਕਈ ਕਲਰ ਹੋਣਗੇ ਜੀ। ਮੈਂ ਤੁਹਾਡੇ ਤੋਂ ਪੁੱਛਣਾ ਚਾਹਣਾ ਵੀ ਕਈ ਕਲਰ ਦਾ ਕੀ ਮਤਲਬ ਹੈ? ਦੇਖੋ, ਜਿਹੜਾ ਸ਼ਹਿਦ ਹੈ ਇਹ ਅਲੱਗ ਅਲੱਗ ਰੁੱਤ ਅਤੇ ਅਲੱਗ ਅਲੱਗ ਫੁੱਲਾਂ ਦਾ ਹੁੰਦਾ, ਜਿਸ ਤਰ੍ਹਾਂ ਦਾ ਮਤਲਬ ਫੁੱਲ ਦਾ ਕਲਰ ਹੋਊਗਾ ਉਸ ਤਰ੍ਹਾਂ ਦਾ ਸ਼ਹਿਦ ਦਾ ਕਲਰ ਉਹਦਾ ਇਫੈਕਟ ਕਰਦਾ ਸ਼ਹਿਦ 'ਤੇ। ਸਾਡੇ ਕੋਲ ਆਪਣੇ ਮੰਨ ਕੇ ਚਲੋ ਆਪਣੇ ਇੰਡੀਆ ਦੇ ਵਿੱਚ ਲਗਭਗ 35-36 ਤਰ੍ਹਾਂ ਦਾ ਸ਼ਹਿਦ ਨਿਕਲਦਾ, ਅਤੇ ਆਪਾਂ ਨੂੰ ਸਾਰਾ ਤਕਰੀਬਨ ਉਰੇ ਡਾਬਰ ਪਤੰਜਲੀ ਜਾਂ ਕੁਛ ਹੋਰ ਜਿਹੜੀਆਂ ਕੰਪਨੀਆਂ ਨੇ ਨਾਮੀ ਇੱਕੋ ਕਲਰ ਦਾ ਸ਼ਹਿਦ ਦਿਖਾਇਆ ਜਾਂਦਾ। ਤੁਸੀਂ ਮੇਰੇ ਕੋਲ ਆਓ, ਮੈਂ 10 ਤਰ੍ਹਾਂ ਦਾ ਸ਼ਹਿਦ ਦਿਖਾਊਂਗਾ, ਮੈਂ ਜਵੈਣ ਦਾ, ਧਣੀਏ ਦਾ, ਬਰਸੀਣ ਦਾ, ਸੂਰਜਮੁਖੀ, ਮਲਟੀ ਫਲੋਰਾ, ਸਰੋਂ, ਸਫੈਦਾ, ਠੀਕ ਹੈ, ਅਤੇ ਇੱਕ ਆਪਣਾ ਨੀਮ ਪਹਾੜੀ ਏਰੀਆ ਇਹ ਆਪਣਾ ਥੱਲੇ ਵਾਲਾ ਬੱਦੀ ਵਾਲਾ, ਇੱਥੇ ਖੈਰ ਦਾ ਸ਼ਹਿਦ ਨਿਕਲਦਾ, ਇਹਦਾ ਪਾਣੀ ਵਰਗਾ ਰੰਗ ਹੁੰਦਾ ਚਿੱਟਾ, ਅਤੇ ਜੇ ਸਾਊਥ 'ਚ ਹੋਰ ਤਰ੍ਹਾਂ ਦੇ ਸ਼ਹਿਦ ਨਿਕਲਦੇ, ਪਰ ਮਾਰਕੀਟ 'ਚ ਜੋ ਪਰੋਸਿਆ ਜਾ ਰਿਹਾ ਉਹ ਇੱਕੇ ਹੈ, ਇੱਕੋ ਹੀ ਆ, ਠੀਕ ਹੈ ਨਾ। ਉਹ ਜੇ ਅਲੱਗ ਅਲੱਗ ਤਰ੍ਹਾਂ ਦੇ ਸ਼ਹਿਦ ਨਿਕਲਦੇ, ਅਲੱਗ ਅਲੱਗ ਤਰ੍ਹਾਂ ਦੇ ਸਵਾਦ ਨੇ, ਫਿਰ ਮਾਰਕੀਟ 'ਚ ਫਿਰ ਕਿਉਂ ਨਹੀਂ ਨੇ, ਕਿਉਂ ਨਹੀਂ ਆ, ਕਿਉਂ ਨਹੀਂ ਹੈਗਾ ਉਹ? ਇਹ ਸੋਚ, ਕਿਤੇ ਨਾ ਕਿਤੇ ਤਾਂ ਗੜਬੜ ਹੈ, ਕੋਈ ਗੜਬੜ ਹੈਗੀ ਆ। ਹੁਣ ਜਿਵੇਂ ਤੁਸੀਂ ਦੱਸਿਆ ਇਹ ਅਲੱਗ ਅਲੱਗ ਕਲਰ ਦੇ ਸ਼ਹਿਦ ਨੇ, ਤਾਂ ਇਹਦਾ ਮਤਲਬ ਇਹ ਜਿਹੋ ਜਿਹਾ ਫੁੱਲ ਹੋਊਗਾ ਜਿਹੜੇ ਪਲਾਂਟ ਦਾ ਹੋਊਗਾ ਉਸ ਹਿਸਾਬ ਨਾਲ ਉਹ ਕਲਰ, ਸ਼ਹਿਦ ਦਾ ਰੰਗ ਅਤੇ ਆਪਣਾ ਮੌਸਮ ਕਿਹੜਾ ਕਿਸ ਮੌਸਮ ਦਾ ਸ਼ਹਿਦ ਹੈ ਇਹ ਬਹੁਤ ਇਫੈਕਟ ਕਰਦਾ ਉਹਦੇ ਕਲਰ ਦੇ ਉੱਤੇ, ਕਲਰ ਦੇ ਉੱਤੇ। ਅੱਛਾ, ਤੇ ਕਿਹੜੇ ਫੁੱਲ ਤੋਂ ਆਇਆ, ਕਿਹੜੇ ਫੁੱਲ ਤੋਂ ਆਇਆ? ਤੇ ਜਿਵੇਂ ਹੁਣ ਆਪਾਂ ਗੱਲ ਕਰਦੇ ਆ ਸ਼ਹਿਦ, ਤੁਸੀਂ ਕਲਰ ਦੀ ਗੱਲ ਕੀਤੀ ਹੈ, ਤੇ ਪੰਜਾਬ ਦੇ ਵਿੱਚ ਮਧੂ ਮੱਖੀ ਪਾਲਕਾਂ ਦੇ ਲਈ ਕਿਸ ਤਰ੍ਹਾਂ ਦਾ ਮਾਹੌਲ ਹੈ? ਜਿਵੇਂ ਹੁਣ ਤੁਸੀਂ ਆਪਦੀ ਗੱਲਬਾਤ 'ਚ ਵੀ ਦੱਸਿਆ ਕਿ ਸਾਨੂੰ ਡੱਬੇ ਬਾਹਰ ਲੈ ਕੇ ਜਾਣੇ ਪੈਂਦੇ ਆ, ਹੈ ਨਾ, ਸਾਨੂੰ ਇੱਕ ਟੱਪਰੀ ਵਾਸਾਂ ਦੀ ਜ਼ਿੰਦਗੀ ਬਤੀਤ ਕਰਨੀ ਪੈਂਦੀ ਹੈ, ਇਹ ਵੀ ਇੱਕ ਕਾਰਨ ਹੈ ਕਿ ਲੋਕ ਸ਼ਾਇਦ ਇਸ ਕਿੱਤੇ ਦੇ ਵਿੱਚ ਨਹੀਂ ਆਉਂਦੇ, ਹਾਲਾਂਕਿ ਕਮਾਈ ਹੈਗੀ ਆ। ਅਤੇ ਉਹਦੇ ਬਾਰੇ ਮੈਂ ਜ਼ਰੂਰ ਤੁਹਾਡੇ ਤੋਂ ਪੁੱਛਣਾ ਚਾਹਾਂਗਾ, ਕਿਉਂਕਿ ਇਹ ਖੇਤੀ ਹੁੰਦੀ ਆ, ਖੇਤੀ ਦਾ ਤੁਹਾਡਾ ਏਰੀਆ ਹੁੰਦਾ ਆ, ਹੈ ਨਾ, ਤੁਸੀਂ ਉੱਥੇ ਖੇਤੀ ਕਰਦੇ ਹੋ, ਆਪਦੇ ਘਰੇ ਹੁੰਦੇ ਹੋ, ਹੈ ਨਾ, ਇਹ ਕਿੱਤੇ ਦੇ ਵਿੱਚ ਤੁਹਾਨੂੰ ਬਾਹਰ ਜਾਣਾ ਪੈਂਦਾ, ਅਤੇ ਬਾਹਰ ਕਿਉਂ ਜਾਣਾ ਪੈਂਦਾ? ਪੰਜਾਬ ਦੇ ਵਿੱਚ ਹੀ ਕਿਉਂ ਨਹੀਂ ਮਤਲਬ ਇਹ ਕਿੱਤਾ ਪੂਰੀ ਤਰ੍ਹਾਂ ਸਫਲ ਹੋ ਸਕਦਾ? ਪੰਜਾਬ ਦੇ ਵਿੱਚ ਮਧੂ ਮੱਖੀਆਂ ਵਾਸਤੇ ਮਾਹੌਲ ਤਾਂ ਦੇਖੋ ਜੀ ਬਹੁਤ ਵਧੀਆ, ਸਟਾਰਟਿੰਗ 'ਚ ਵੀ ਆਪਣੇ ਯੂਨੀਵਰਸਿਟੀ ਨੇ ਲਿਆਣ ਕੇ ਪਾਲੀ ਆ ਉਰੇ, ਪਰ ਅੱਜ ਸਾਡਾ ਕਿਸਾਨ ਅਵੇਅਰ ਨਹੀਂ ਹੈ ਪੈਸਟੀਸਾਈਡ ਬਾਰੇ, ਉਹ ਅੰਧਾ ਧੁੰਦ ਸਪਰੇਅ ਕਰਦਾ, ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਸਾਡਾ ਮਿੱਤਰ ਕੀਟ ਹੈ, ਪੋਲੀਨੇਸ਼ਨ ਕਰਦਾ ਹੈ ਸਾਡੀ ਫਸਲ 'ਤੇ, ਠੀਕ ਹੈ, ਉਹ ਇਹ ਨਹੀਂ ਦੇਖਦੇ ਕਿ ਸਵੇਰੇ ਸਪਰੇਅ ਕਰਨੀ ਹੈ ਸ਼ਾਮੀ ਕਰਨੀ ਹੈ, ਉਹਨਾਂ ਨੇ ਕਰ ਦੇਣੀ, ਇਸ ਕਰਕੇ ਆਪਣਾ ਉਰੇ ਪੰਜਾਬ 'ਚ ਮੱਖੀ ਵਾਲਿਆਂ ਦਾ ਬਹੁਤ ਲੋਸ ਹੁੰਦਾ, ਇਹ ਤੋਂ ਡਰਦੇ ਸਾਡੇ ਨੁਕਸਾਨ ਤੋਂ ਡਰਦੇ ਭੱਜਦੇ, ਅਸੀਂ ਰਾਜਸਥਾਨ ਜਾਂਦੇ ਹਾਂ ਬਾਜਰੇ ਦੀ, ਉੱਥੇ ਔਰਗੈਨਿਕ ਖੇਤੀ ਹੁੰਦੀ ਹੈ, ਜਾਂ ਅਸੀਂ ਹਿਮਾਚਲ ਭੱਜ ਜਾਂਦੇ ਹਾਂ ਉੱਪਰ ਕਿ ਸਾਡੀ ਮੱਖੀ ਨਾ ਮਰੇ, ਅਤੇ ਇਹ ਟਾਈਮ ਹੈ, ਮੈਂ ਹੁਣ ਪੰਜਾਬ 'ਚ ਬੈਠੇ ਹਾਂ ਆਪਾਂ, ਮੈਂ ਹੁਣ ਇਹ ਮੇਰੀ ਮੱਖੀ ਮੰਨ ਲਓ ਬਈ ਚੋਰ ਲਾ ਕੇ 20-22 ਦਿਨ ਹੋਏ ਹੋਣਗੇ ਮੈਂ ਹਿਮਾਚਲ ਤੋਂ ਲੈ ਕੇ ਆਇਆ, ਅਤੇ ਹੁਣ ਵੀ ਮੈਨੂੰ ਪੂਰਾ ਖਤਰਾ ਆਪਣੀ ਜੀਰੀ 'ਤੇ ਸਪਰੇਅ ਹੋ ਰਿਹਾ ਤੇਲੇ ਦਾ, ਕਿਤੇ ਇਹਦੀ ਲਪੇਟ 'ਚ ਨਾ ਜੇ, ਅਤੇ ਪਿਛਲੇ ਸਾਲ ਮੈਂ ਇਹਦੀ ਲਪੇਟ 'ਚ ਆ ਚੁੱਕਿਆ, ਅਤੇ ਇਹਦੇ ਚੱਕਰ 'ਚ ਮੈਂ ਸਪਰੇਅ ਤੋਂ ਡਰਦਾ ਹੋਇਆ ਯੂਪੀ ਭੱਜਿਆ ਮੁਰਾਦਾਬਾਦ, ਅਤੇ ਉੱਥੇ ਜਾ ਕੇ ਬਾਰਿਸ਼ ਹੋ ਗਈ ਇਹਨਾਂ ਦਿਨਾਂ 'ਚ, ਬੜੀ ਭਾਰੀ ਬਾਰਿਸ਼ ਹੋਈ ਸੀ ਪਿਛਲੇ ਸਾਲ, ਅਤੇ ਉੱਥੇ ਮੇਰੇ 350 ਡੱਬੇ ਪਾਣੀ ਨਾਲ ਨੁਕਸਾਨ ਹੈਗੇ, ਉਹ ਮੇਰੇ ਇੱਥੇ ਵੀ ਨੁਕਸਾਨ ਹੋ ਗਿਆ, ਮੇਰਾ ਉੱਥੇ ਵੀ ਹੋ ਗਿਆ। ਯਾਨੀ ਤੁਹਾਡਾ ਕਹਿਣਾ ਮਤਲਬ ਪੰਜਾਬ ਵਿੱਚ ਰੇਹਾਂ ਸਪਰੇਹਾਂ ਜਿਹੜੀਆਂ ਜ਼ਿਆਦਾ ਹੁੰਦੀਆਂ, ਪੈਸਟੀਸਾਈਡ ਦਾ, ਪੈਸਟੀਸਾਈਡ ਜ਼ਿਆਦਾ ਹੁੰਦੀ ਆ, ਬਿਲਕੁਲ ਬਿਲਕੁਲ, ਉਸ ਗਵਰਨਮੈਂਟ ਨੇ ਜਿਹੜੀਆਂ ਬੈਨ ਪੈਸਟੀਸਾਈਡਾਂ ਨੇ ਉਹ ਵੀ ਲੋਕੀ ਕਰੀ ਜਾਂਦੇ, ਉਹ ਵੀ ਪਤਾ ਨਹੀਂ ਕਿੱਥੋਂ ਆਈ ਜਾਂਦੀਆਂ ਮਾਰਕੀਟ 'ਚ, ਉਹ ਵੀ ਆਈ ਜਾਂਦੇ। ਪੈਸਟੀਸਾਈਡ ਦਾ ਫਿਰ ਸਿੱਧਾ ਅਸਰ ਕਿਵੇਂ ਪੈਂਦਾ ਮੱਖੀ ਦੇ? ਸਿੱਧਾ ਅਸਰ ਇਹ ਫੁੱਲ 'ਤੇ ਜਾਂਦੀ ਹੈ, ਫੁੱਲ ਦੇ ਨੇ ਚਾਹੇ ਉਹ 'ਚ ਪਾਣੀ ਹੈ ਚਾਹੇ ਨੈਕਟਰ, ਇਹਨੇ ਚੱਕਣਾ ਪੋਲਣ ਹੈ ਅਤੇ ਸਿੱਧੀ ਇਫੈਕਟ ਕਰਦੀ ਹੈ ਇਹਨੂੰ, ਅਤੇ ਉੱਥੋਂ ਪੋਲਣ ਲੈ ਕੇ ਡੱਬੇ ਜਾਊਗੀ, ਆਪ ਤਾਂ ਮਰਨਾ ਹੀ ਮਰਨਾ, ਅਤੇ ਜਿਹੜੀਆਂ ਨਾਲ ਹੋਰ ਨੇ ਮੱਖੀਆਂ ਉਹਨਾਂ ਨੂੰ ਵੀ ਮਰ, ਉਹ ਵੀ ਮਰ ਜਾਂਦੀਆਂ ਜੀ, ਅਤੇ ਫਿਰ ਇਹ ਤੁਹਾਡੇ ਨਾਲ ਘਟਨਾ ਵਾਪਰਦੀ ਰਹਿੰਦੀ ਹੈ? ਬਿਲਕੁਲ, ਇਹਦਾ ਸਭ ਤੋਂ ਖਤਰਾ ਹੈ ਸਾਨੂੰ ਇਹ ਸਭ ਮੇਨ ਸਾਡੇ ਧੰਦੇ 'ਤੇ।
ਤੇ ਇੱਕ ਤਾਂ ਤੁਸੀਂ ਇਹ ਪੈਸਟੀਸਾਈਡ ਦੱਸਿਆ, ਇਸ ਤੋਂ ਇਲਾਵਾ ਵੀ ਹੋਰ ਵੀ ਦਿੱਕਤ ਹੈਗੀ ਆ ਮੈਨੂੰ ਲੱਗਦਾ, ਜਿਵੇਂ ਇੱਥੇ ਡਾਇਵਰਸੀਫਿਕੇਸ਼ਨ ਨਹੀਂ ਹੈਗੇ ਫਸਲਾਂ ਦਾ, ਬਿਲਕੁਲ ਬਿਲਕੁਲ ਇੱਕੋ ਜਾਂ ਝੋਨਾ ਆ ਜਾਂ ਕਣਕ, ਅਸੀਂ ਇੱਕੋ ਤੇ ਚੱਲ ਰਹੇ ਹਾਂ ਝੋਨਾ ਤੇ ਕਣਕ, ਝੋਨਾ ਤੇ ਕਣਕ ਹੈ ਨਾ, ਤੇ ਇਹ ਵੀ ਦਿੱਕਤ ਹੈਗੀ ਆ ਕਿਉਂਕਿ ਇਹ ਡਾਇਵਰਸੀਫਿਕੇਸ਼ਨ ਹੋਊਗੀ ਤਾਂ ਫਸਲਾਂ 'ਚ ਭਿੰਨਤਾ ਲਿਆਉਣ ਦੀ ਲੋੜ ਹੈ, ਨਾਲੇ ਤਾਂ ਆਪਣੀ ਧਰਤੀ ਨੂੰ ਆਰਾਮ ਆਜੂਗਾ। ਹਾਂ, ਅਤੇ ਨੰਬਰ ਦੋ ਕਿਸਾਨ ਦੀ ਆਮਦਨ ਵੀ ਵਧੂਗੀ, ਅਤੇ ਜਿਹੜੇ ਹੁਣ ਮੇਰੇ ਵਰਗੇ ਮੱਖੀ ਪਾਲਕ ਕਿਸਾਨ ਨੇ ਸਾਨੂੰ ਵੀ ਫਾਇਦਾ, ਸਾਨੂੰ ਬਾਹਰ ਜਾਣ ਦੀ ਲੋੜ ਨਹੀਂ ਪਊਗੀ, ਅਸੀਂ ਆਪਣੇ ਘਰ ਬਹਿ ਸਕਦੇ ਹਾਂ। ਨਹੀਂ ਅਸੀਂ ਤਾਂ ਸਾਡੀ ਤਾਂ ਤੁਸੀਂ ਕਹਿ ਸਕਦੇ ਹਾਂ ਵੀ ਸਾਡੀ ਤਾਂ ਜਿਹੜੇ ਟੱਪਰੀ ਵਾਸ ਲੋਹਾਰ ਹੁੰਦੇ ਨੇ, ਸਾਡੀ ਇਹ ਜ਼ਿੰਦਗੀ ਹੈ, ਅੱਜ ਸਮਾਨ ਲੱਦਿਆ ਇੱਥੇ ਅਤੇ ਪਰਸੋਂ ਉੱਥੇ ਉੱਥੇ ਹੁੰਦੇ ਹਾਂ। ਅਤੇ ਇੱਕ ਬਹੁਤ ਵੱਡੀ ਤੁਹਾਡੀ ਖਾਸੀਅਤ ਹੈਗੀ ਆ, ਆਪਾਂ ਕਹਿ ਤਾਂ ਦਿੰਦੇ ਹਾਂ ਵੀ ਸ਼ਾਇਦ ਖਾਂਦੇ ਹਾਂ ਆਪਾਂ ਟੇਸਟ ਕਰਦੇ ਹਾਂ, ਅਤੇ ਇਹਨਾਂ ਦਾ ਖੇਤੀਬਾੜੀ ਤੋਂ ਵੱਧ ਯੋਗਦਾਨ ਆ ਮਧੂ ਮੱਖੀ ਪਾਲਕਾਂ ਦਾ, ਮਤਲਬ ਚਾਹੇ ਦੁਨੀਆਂ 'ਚ ਕਿਤੇ ਵੀ ਬੈਠਾ ਹੋ, ਇਹ ਸੰਸਾਰ ਨੂੰ ਅੱਗੇ ਲਿਜਾਣ ਦੇ ਵਿੱਚ ਬਹੁਤ ਵੱਡਾ ਰੋਲ ਜਿਹੜਾ ਮੱਖੀ ਦਾ ਰਹਿੰਦਾ ਹੈ, ਅਤੇ ਅਗਰ ਮੱਖੀ ਨਾ ਹੋਵੇ ਤਾਂ ਦੁਨੀਆ ਖਤਮ ਹੋ ਸਕਦੀ ਆ ਕੁਛ ਦਿਨਾਂ 'ਚ, ਕਿਉਂ ਜੀ? ਬਿਲਕੁਲ, ਕਿਉਂਕਿ ਪੋਲੀਨੇਸ਼ਨ ਦਾ ਕੰਮ ਕਰਦੀ ਆ, ਅਲਬਰਟ ਆਈਨਸਟਾਈਨ ਦੀ ਬਾਡਿੰਗ ਹੈ, ਹਾਂ ਖਤਮ ਹੋ ਜਾਵੇ, ਇਹ ਸੱਚਾਈ ਆ, ਵਿਗਿਆਨਿਕ ਕਾਰਨ ਆ, ਕਿਉਂਕਿ ਪੋਲੀਨੇਸ਼ਨ ਦੇ ਜ਼ਰੀਏ ਹੀ ਅੱਗੇ ਜਿਹੜਾ ਪੌਦੇ ਹੁੰਦੇ ਨੇ ਅੱਗੇ ਦੇ ਅੱਗੇ, ਹੈ ਨਾ, ਦਰਖਤ ਹੋ ਗਏ, ਪੌਦੇ ਹੋ ਗਏ, ਜੇ ਪੋਲੀਨੇਸ਼ਨ ਨਹੀਂ ਹੋਊਗੇ ਤਾਂ ਫੁੱਲ ਨਹੀਂ ਹੋਣਗੇ, ਫਲ ਨਹੀਂ ਹੋਣਗੇ, ਹੈ ਨਾ, ਅਤੇ ਪੋਲੀਨੇਸ਼ਨ ਦਾ ਜਿਹੜਾ ਵੱਡਾ ਕੰਮ ਉਹ ਮੱਖੀ ਦੇ ਜ਼ਰੀਏ ਹੁੰਦਾ ਆ, ਇਸ ਕਰਕੇ ਸੰਸਾਰ ਨੂੰ ਅੱਗੇ ਲਿਜਾਣ ਦੇ ਵਿੱਚ ਬਹੁਤ ਵੱਡਾ ਰੋਲ ਹੈ ਮੱਖੀ ਦਾ, ਅਤੇ ਉਹ ਤੁਸੀਂ ਜਿਹੜਾ ਕੰਮ ਇੱਕ ਬੜਮੁੱਲਾ ਕੰਮ ਕਰ ਰਹੇ ਹੋ, ਬੇਸ਼ੱਕ ਦਿੱਕਤਾਂ ਬਹੁਤ ਜ਼ਿਆਦਾ ਆਉਂਦੀਆਂ ਨੇ ਅਤੇ ਆਮ ਲੋਕ ਮਤਲਬ ਦੀ ਧਾਰਨਾ ਹੈ ਵੀ ਨਹੀਂ, ਸਮਝਦੇ ਵੀ ਨਹੀਂ, ਇਹ ਰਿਸਪੈਕਟ ਦੇਣ ਵਾਲਾ ਕਿੱਤਾ ਤੁਹਾਡਾ, ਅਤੇ ਇਹਦੇ ਵਿੱਚ ਮੈਂ ਬਾਈ ਜੀ ਇੱਕ ਛੋਟੀ ਜਿਹੀ ਗੱਲ ਕਰਨਾ ਚਾਹੁੰਦਾ, ਆਪਣਾ ਹੀ ਦੇਸ਼ ਹੈ, ਆਪਣੇ ਨਾਲ ਦਾ ਗੁਆਂਢੀ ਸੂਬਾ ਹਿਮਾਚਲ, ਇੱਥੇ ਸੇਬ ਦੀ ਪੋਲੀਨੇਸ਼ਨ 'ਤੇ ਮੱਖੀ ਜਾਂਦੀ ਹੈ, ਉਹ ਸਾਨੂੰ ਆਪਣੇ ਬਾਗ 'ਚ ਰੱਖ ਇੱਕ ਡੱਬਾ ਰੱਖਣ ਦੇ 600 ਰੁਪਏ ਤੋਂ ਲੈ ਕੇ 1200 ਰੁਪਏ ਤੱਕ ਸਾਨੂੰ ਪੈਸੇ ਦਿੰਦੇ ਨੇ। ਅੱਛਾ, ਠੀਕ ਹੈ ਨਾ, ਤੁਸੀਂ ਉੱਥੇ ਉੱਥੇ ਪਤਾ ਕੀ ਸਿਸਟਮ ਹੈ, ਉੱਥੇ ਏਜੰਟ ਸਿਸਟਮ ਹੈ, ਮੰਨ ਲਓ ਵੀ ਕੋਈ ਅੱਗੇ ਏਜੰਟ ਹੈ ਜਾਣਕਾਰ ਹੈ, ਉਹਨੇ ਇੱਕ ਗੱਡੀ ਮੰਗਾ ਲਈ ਮੇਰੇ ਤੋਂ, ਉਹਨੇ ਆਪਣੇ ਖੇਤ ਲਵਾ ਲੈਣੀ, ਕੋਈ 50 ਲੈ ਗਿਆ, ਕੋਈ 20 ਲੈ ਗਿਆ, ਕੋਈ 10 ਲੈ ਗਿਆ, ਇਸ ਤਰ੍ਹਾਂ ਕਰਕੇ ਆਪਣੇ ਆਪਣੇ ਜਿੱਥੇ ਜਿੱਥੇ ਉਹਨਾਂ ਦੇ ਬਾਗਾਂ ਦੇ ਬੂਟੇ ਨੇ ਉੱਥੇ ਲਿਜਾ ਕੇ ਰੱਖਦੇ ਨੇ ਪੋਲੀਨੇਸ਼ਨ ਵਾਸਤੇ, ਅਤੇ ਸਾਨੂੰ 1000 ਤੋਂ 1200 ਰੁਪਏ ਤੱਕ ਇੱਕ ਡੱਬੇ ਦਾ ਦਿੰਦੇ ਨੇ, ਅਤੇ ਕਰੋਨਾ ਵਾਲੇ ਸਾਲ ਉੱਥੇ ਸੇਬ 'ਤੇ ਮੱਖੀ ਨਹੀਂ ਗਈ, ਅਤੇ ਉਹਨਾਂ ਦਾ 1000 ਕਰੋੜ ਰੁਪਏ ਦਾ ਨੁਕਸਾਨ ਹੋਇਆ ਪੋਲੀਨੇਸ਼ਨ ਕਰਕੇ। ਠੀਕ ਹੈ, ਇਹ ਇਹ ਔਨ ਰਿਕਾਰਡ ਹੈ, ਮੈਂ ਕਿਤੇ ਹਵਾ 'ਚ ਨਹੀਂ ਗੱਲਾਂ ਕਰ ਰਿਹਾ, ਇਹ ਔਨ ਰਿਕਾਰਡ ਨੇ, ਹੋਊਗਾ ਹੀ ਇਹ ਤਾਂ, ਇਹ 'ਚ ਕੋਈ ਉਹ ਨਹੀਂ। ਬਿਲਕੁਲ, ਤੁਹਾਨੂੰ ਪੈਸੇ ਵੀ ਤਾਂ ਦੇ ਰਹੇ ਨੇ ਨਾ ਉਹ ਬੜੇ ਡੱਬੇ, ਤੁਹਾਨੂੰ ਪਤਾ ਹੈ ਵੀ ਇਹਦੇ ਰਾਹੀਂ ਮੱਖੀ ਦੇ ਰਹੇ, ਪੋਲੀਨੇਸ਼ਨ ਹੋਣਾ ਆ, ਫਲ ਆਉਣਾ ਆ ਅਤੇ ਫਾਇਦਾ ਹੋਣਾ, ਕਰੋਨਾ ਟਾਈਮ ਨਹੀਂ ਹੋਇਆ, ਕਰੋਨਾ ਟਾਈਮ ਨੁਕਸਾਨ ਹੋਇਆ, ਅਤੇ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਉਲਟਾ ਹੋ ਗਈ ਹਾਲਤ, ਜੇ ਕੋਈ ਡੱਬਾ ਰੱਖਦਾ ਹੈ ਸ਼ਾਇਦ ਤੁਹਾਨੂੰ, ਆਪਣੇ ਲੋਕ ਦੇਖੋ, ਆਪਣੇ ਲੋਕ ਮਿਲਣਸਾਰ ਲੋਕ ਨੇ, ਆਪਣੇ ਚੰਗੇ ਲੋਕ, ਸਾਨੂੰ ਉਰੇ ਮੱਖੀ ਪਾਲਣ 'ਚ ਕੋਈ ਸਮੱਸਿਆ ਨਹੀਂ, ਪਰ ਸਮੱਸਿਆ ਥੋੜ੍ਹੀ ਜਿਹੀ ਜਿਹੜਾ ਸਾਡਾ ਕਿਸਾਨ ਅਵੇਅਰ ਨਹੀਂ ਹੈ, ਪੈਸਟੀਸਾਈਡ ਕਰਨੀ ਹੈ ਸ਼ਾਮ ਹੀ ਕਰ ਦਿਉ, ਠੀਕ ਹੈ ਨਾ, ਜੇ ਹੁਣ ਆਪਾਂ ਸਵੇਰੇ ਜਿਸ ਟਾਈਮ ਆਪਣਾ ਪੋਲੀਨੇਟਰ ਦਾ ਕੰਮ ਹੁੰਦਾ, ਇਕੱਲੀ ਇਕੱਲੀ ਮੱਖੀ ਪੋਲੀਨੇਟਰ ਨਹੀਂ ਹੈ, ਹੋਰ ਬਹੁਤ ਕੀਟ ਨੇ ਜਿਹੜੇ ਮਿੱਤਰ ਕੀਟ ਨੇ, ਉਹ ਵੀ ਮਰਦੇ ਨੇ, ਬਿਲਕੁਲ, ਅਸੀਂ ਚਲੋ ਅਸੀਂ ਇਹਨਾਂ ਨੂੰ ਪਾਲਦੇ ਹਾਂ, ਅਸੀਂ ਇਹਨਾਂ ਦੇ ਤਾਂ ਹਮ ਹੀ ਭਰਦੇ ਹਾਂ, ਹੁਣ ਜਿਹਨਾਂ ਦਾ ਆਪਾਂ ਨੂੰ ਪਤਾ ਹੀ ਨਹੀਂ, ਹੋਰ ਬਹੁਤ ਕੀਟ ਨੇ, ਬਹੁਤ ਕੀਟ ਨੇ, ਉਹ ਵੀ ਮਰਦੇ ਆ, ਪਰ ਇਹਦਾ ਟਾਈਮ ਟੇਬਲ ਹੋਣਾ ਚਾਹੀਦਾ ਪਤਾ ਹੈ, ਜਾਂ ਜਿਹੜੇ ਡੀਲਰ ਨੇ ਉਹ ਗਾਈਡ ਕਰਨ ਵੀ ਇਹਨੂੰ ਸ਼ਾਮੀ ਕਰੋ, ਇਹਦਾ ਸਰੇ ਆ, ਜਾਂ ਵੀ ਕੀਪਰ ਨੂੰ ਦੱਸੋ ਵੀ ਅਸੀਂ ਸਪਰੇ ਕਰਨਾ, ਤੂੰ ਭਾਈ ਆਪਣੀ ਇੱਥੋਂ ਪਰੇ ਕਰ ਇਹਨੂੰ, ਜਾਂ ਪਤਾ ਹੋਵੇ ਇਹ ਇਲਾਕੇ ਦੇ ਵਿੱਚ ਡੱਬੇ ਹੈਗੇ ਨੇ, ਹਾਂ ਬਿਲਕੁਲ ਬਿਲਕੁਲ, ਇੱਥੇ ਹੈ ਨਾ ਉਹ ਹਿਸਾਬ ਨਾਲ ਉਸ ਇਲਾਕੇ ਦੇ ਫਾਰਮਰ ਨਾਲ ਕੋਈ ਅਵੇਅਰਨੈਸ ਵਾਲੀ ਕੋਈ ਵੈਬਸਾਈਟ ਬਣ ਜੇ, ਜਾਂ ਫੋਨ 'ਤੇ ਮੈਸੇਜ ਆ ਜੇ, ਜਾਂ ਕੋਈ ਸਿਸਟਮ ਹੋਣਾ ਚਾਹੀਦਾ, ਕਿਉਂਕਿ ਇਹ ਵੱਡਾ ਨੁਕਸਾਨ ਹੁੰਦਾ। ਜਿਵੇਂ ਹੁਣ ਤੁਸੀਂ ਦੱਸਦੇ ਹੋ ਜੇ ਤੁਸੀਂ ਮੱਖੀਆਂ ਲੈ ਕੇ ਜਾਂਦੇ ਹੋ, ਹੋਰ ਕਿਹੜੇ ਕਿਹੜੇ ਏਰੀਏ ਦੇ ਵਿੱਚ ਤੁਹਾਡੀ ਮੱਖੀ ਡੱਬੇ ਲੈ ਕੇ ਜਾਂਦੇ ਹੋ ਤੁਸੀਂ? ਅਸੀਂ ਹਿਮਾਚਲ ਜਾਂਦੇ ਹਾਂ ਜੀ, ਹਿਮਾਚਲ ਹੋ ਗਿਆ ਤੁਹਾਡਾ, ਹਰਿਆਣਾ, ਹਰਿਆਣਾ, ਰਾਜਸਥਾਨ, ਅੱਛਾ MP, ਅੱਛਾ ਮੱਧ ਪ੍ਰਦੇਸ਼ ਵੀ ਚਲੇ ਜਾਂਦੇ, UP, ਇਸ ਟਾਈਮ ਉੱਥੇ ਜਵੈਣ ਦੀ ਫਸਲ ਹੈ ਅਤੇ ਇਸ ਵਾਰ ਘੱਟ ਹੈ, ਨਹੀਂ ਅਸੀਂ ਵੀ ਜਾਣਾ ਸੀਗਾ ਅਤੇ ਇਸ ਕਰਕੇ ਜਾ ਨਹੀਂ ਰਹੇ। ਅਤੇ ਫਿਰ ਇਹ ਅਲੱਗ ਅਲੱਗ ਸਟੇਟਾਂ ਦੇ ਵਿੱਚ ਡੱਬੇ ਲਿਜਾਣ ਦਾ ਕੀ ਮਕਸਦ ਰਹਿੰਦਾ ਆ? ਮਕਸਦ ਫੁੱਲ ਹੈ, ਅਸੀਂ ਉੱਥੇ ਫੁੱਲ ਹੈ ਇਸ ਟਾਈਮ ਫਸਲ ਹੈ, ਉਸ ਫਸਲ 'ਤੇ ਜਾਣਾ ਅਸੀਂ, ਜੇ ਅਸੀਂ ਇਹਨੂੰ ਫੁੱਲ 'ਤੇ ਲਿਜਾ ਕੇ ਰੱਖਾਂਗੇ ਅਤੇ ਉਸੇ ਤਰ੍ਹਾਂ ਦਾ ਸ਼ਾਇਦ ਕਲੈਕਟ ਕਰੂਗੀ। ਮਤਲਬ ਤੁਹਾਡਾ ਸਾਰਾ ਸਾਲ ਚੱਲੂਗਾ, ਪਰ ਜਿਸ ਸਟੇਟ ਦੇ ਵਿੱਚ ਫੁੱਲ ਹੋਊਗਾ ਉਹ ਸਟੇਟ ਤੁਸੀਂ ਲੈ ਜਾਓਗੇ? ਬਿਲਕੁਲ, ਮੰਨ ਲਓ ਹੁਣ ਇਸ ਟਾਈਮ ਪੰਜਾਬ ਦੇ ਵਿੱਚ ਫੁੱਲ ਹੈ ਨਹੀਂ, ਬਿਲਕੁਲ ਨਹੀਂ, ਹੁਣ ਅਸੀਂ ਸਾਡੇ ਪੱਲੇ ਤੋਂ ਚੀਨੀ ਖਾ ਰਹੀ ਹੈ ਜੀ, ਅਸੀਂ ਫੀਡ ਕਰਾਉਂਦੇ ਇਹਨੂੰ, ਤੁਸੀਂ ਫੀਡ ਕਰ ਰਹੇ ਹੋ, ਫਿਰ ਹੁਣ ਹੋਰ ਕਿਹੜੇ ਸਟੇਟ ਦੇ ਵਿੱਚ ਜਿੱਥੇ ਫੁੱਲ ਹੈਗਾ? ਇਸ ਟਾਈਮ ਫੁੱਲ ਹੈ ਜੀ, ਜਾਂ ਤਾਂ ਰਾਜਸਥਾਨ 'ਚ ਬੇਰੀ ਚੱਲ ਰਹੀ ਹੈ, ਇਸ ਟਾਈਮ ਬੇਰੀ ਚੱਲ ਰਹੀ ਆ,
या राजस्थान दे चितौड़ वाले एरिए च इस टाइम अजवाइन है या एमपी च अजवाइन है जिस टाइम या कुछ गुजरात दे एरिए ने जिन्हां च अजवाइन है गुजरात थोड़ा दूर हो गया पर उत्थे तक भी जांदे आ बंदे अपने असीं तां गए नहीं पर एमपी तक गए आ खर्चे भी वादे होने जो एक स्टेट तो दूजे स्टेट जाने जो कोई वाकफ मतलब हम मध्य प्रदेश तो बहुत दूर और हिमाचल फिर भी थोड़ा नेड़े आ जाता है ਸਾਡੇ ਖਰਚੇ ਵੱਧਦੇ ਆ ਜੀ ਸਾਡੇ ਜਿਹੜੇ ਲੇਬਰ ਦੇ ਬੰਦੇ ਹੁੰਦੇ ਆ ਉਹ ਵੱਧਦੇ ਆ ਤੋ ਸਾਨੂੰ ਉੱਥੇ ਇੱਥੇ ਪੰਜਾਬ 'ਚ ਤਾਂ ਚਲੋ ਆਪਣੇ ਬਾਬੇ ਨਾਨਕ ਨੇ ਸੁੱਖ ਰੱਖੀ ਹੋਈ ਹੈ ਚੋਰੀ ਚਕਾਰੀ ਵਾਲਾ ਕੰਮ ਘੱਟ ਹੈ ਫਿਰ ਬਾਹਰ ਦਾ ਚੋਰੀ ਹੁੰਦੀ ਹੈ ਸਾਡੀ ਅਤੇ ਫਿਰ ਜਿਹੜੇ ਉੱਥੇ ਕਿਸਾਨ ਨੇ ਉੱਥੇ ਜ਼ਿਆਦਾਤਰ ਐਂ ਮੰਨ ਕੇ ਚਲੋ ਵੀ 70% ਇਹੋ ਜਿਹੇ ਬੰਦੇ ਮਿਲਣਗੇ ਜਿਹੜੇ ਪੇੜ ਜਗ੍ਹਾ ਦੇਣਗੇ ਸਾਨੂੰ ਆਪਣੇ ਤਾਂ ਚਲੋ ਹਾਂ ਗੁਰੂਆਂ ਦੀ ਧਰਤੀ ਹੈ ਆਪਣੇ ਆਪਣੇ ਤਾਂ ਨਹਿਰਾਂ ਨਾਲੇ ਬਹੁਤ ਨੇ ਚੱਲ ਜਾਂਦਾ ਕੰਮ ਇਸੇ ਕਰਕੇ ਸਾਡੇ ਖਰਚੇ ਤਾਂ ਵਧਣੇ ਆ ਜੀ ਫਿਰ ਉੱਥੇ ਦਾ ਰਹਿਣਾ ਦਾ ਫਿਰ ਉੱਥੇ ਦਾ ਰਹਿਣ ਸਹਿਣ ਅਤੇ ਉੱਥੇ ਦਾ ਰਹਿਣ ਸਹਿਣ ਅਤੇ ਖਾਣਾ ਪੀਣਾ ਅਤੇ ਅਵੇਅਰਨੈਸ ਅਵੇਅਰਨੈਸ ਅਤੇ ਲੋਕ ਤੁਸੀਂ ਚਾਹੇ ਮਹਿਸ ਦੇ ਅੱਗੇ ਬੀਨ ਮਜਾਣ ਵਾਲੀ ਕਹਾਣੀ ਹੋ ਜਾਂਦੀ ਹੈ ਸਮਝਦੇ ਨਹੀਂ ਅਤੇ ਇੱਕ ਜਿਹੜਾ ਆਪਣੇ ਆਪਾਂ ਆਪਣੇ ਪਿੰਡ ਜਿਹੜੇ ਬੰਦੇ ਨੂੰ ਆਪਾਂ ਕੁਛ ਵੀ ਨਹੀਂ ਸਮਝਦੇ ਉਹ ਬੰਦਾ ਵੀ ਕਿਆ ਪਤਾ ਸ਼ਾਇਦ ਆ ਕੇ ਗਾਲੇ ਕੱਢ ਦੇਵੇ ਅੱਛਾ ਚੋਰੀਆਂ ਵੀ ਹੋ ਜਾਂਦੀਆਂ ਇਹੋ ਜਿਹੇ ਕੰਮ ਹੁੰਦੇ ਜਿਵੇਂ ਹੁਣ ਤੁਸੀਂ ਰਾਜਸਥਾਨ ਗਏ ਉੱਥੋਂ ਦੀ ਬੜੀ ਤਾਂ ਔਖੀ ਹਾਲਾਤ ਦੇ ਵਿੱਚ ਜ਼ਿੰਦਗੀ ਦੇ ਪਾਣੀ ਵੀ ਤੁਸੀਂ ਉੱਥੇ ਖਾਈ ਦਾ ਪੀਣਾ ਹਨਾ ਜਿਹੜਾ ਆਪਣਾ ਇਹ ਜਦ ਅਸੀਂ ਬੇਰੀ ਦੇ ਸੀਜ਼ਨ ਤੇ ਜਾਂਦੇ ਹਾਂ ਨਾ ਅਸੀਂ ਜਾਂਦੇ ਹਾਂ ਇਹ ਹਨੂੰਮਾਨਗੜ੍ਹ ਤੋਂ ਉੱਪਰਲੀ ਬੈਲਟ 'ਚ ਰਾਬਤਸਰ ਜਾਂ ਨੌਰ ਬਹਾਦਰੇ ਤੋਂ ਉੱਪਰਲੀ ਥੋੜ੍ਹੀ ਜਿਹੀ ਇਸ ਏਰੀਏ 'ਚ ਬੜੀ ਦਿੱਕਤ ਹੈ ਜੀ ਇੱਥੇ ਪਾਣੀ ਵੀ ਅਸੀਂ ਇੱਕ ਸਾਲ ਟੋਬੇ ਦਾ ਪਾਣੀ ਪਿੱਤਾ ਜੀ ਫਟਕੜੀ ਪਾ ਪਾ ਅੱਛਾ ਹਾਂ ਜਾਂ ਫਿਰ ਜਿਹੜੀ ਉਹ ਕੱਸੀ ਆਉਂਦੀ ਤੀ ਕਈ ਦਿਨਾਂ ਬਾਅਦ 8 ਦਿਨਾਂ ਬਾਅਦ ਆਉਂਦਾ ਤਾਂ ਨਾਲਾ ਜਾ ਉਹ ਵੀ ਇਹ ਟੋਬੇ ਵਰਗੀ ਪਾਣੀ ਹੈ ਉਹ ਅਸੀਂ ਸਟੋਕ ਕਰਕੇ ਰੱਖ ਦਿੰਦੇ 100-100 ਬਾਲਟੀ ਭਰ ਦਿੰਦੇ ਤੇ ਉਹਦੀ ਸਾਡੇ ਕੋਲ ਸ਼ਹਿਦ ਵਾਸਤੇ ਬਾਲਟੀਆਂ ਹੁੰਦੀਆਂ ਪਲਾਸਟਿਕ ਦੀਆਂ ਜਿਹੜੀਆਂ ਅਸੀਂ ਉਹ ਭਰ ਦੇਣੀਆਂ ਅਤੇ ਬਾਅਦ 'ਚ ਉਹੀ ਫਟਕੜੀ ਨਾਲ ਸਾਫ਼ ਕਰ ਕਰਕੇ ਪੀਣਾ ਉਸੇ ਨਾਲ ਨਹਾਉਣਾ ਪਿਛਲੇ 2 ਸਾਲਾਂ ਤੋਂ ਐਜ ਏ ਮੋਹਾਲੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਦਾ ਰੋਲ ਉੱਥੇ ਨਿਭਾ ਰਿਹਾ ਜੀ ਤੇ ਫਿਰ ਉਹ ਜਿਹੜਾ ਐਸੋਸੀਏਸ਼ਨ ਆ ਉਹਦੇ ਜ਼ਰੀਏ ਮਤਲਬ ਕੀ ਕੀ ਤੁਹਾਨੂੰ ਫੈਸਿਲਿਟੀਆਂ ਮਿਲਦੀਆਂ ਨੇ ਐਸੋਸੀਏਸ਼ਨ ਦੇਖੋ ਕੀ ਹੁੰਦਾ ਐਸੋਸੀਏਸ਼ਨ ਦਾ ਸਮਝ ਲਓ ਜੀ ਐਸੋਸੀਏਸ਼ਨ ਸਾਡੇ ਸਾਰੇ ਹੱਕਾਂ ਦੀ ਰਾਖੀ ਕਰਦੀ ਹੈ ਪੰਜਾਬ ਦੇ ਮੱਖੀ ਵਾਲਿਆਂ ਦੇ ਕੋਈ ਕਿਸੇ ਤਰ੍ਹਾਂ ਦਾ ਗਲਤ ਹੁੰਦਾ ਕੋਈ ਗਲਤ ਨੀਤੀ ਆਉਂਦੀ ਹੈ ਅਸੀਂ ਉਹਦਾ ਵਿਰੋਧ ਕਰਦੇ ਹਾਂ ਜਾਂ ਸਾਨੂੰ ਲੱਗਦਾ ਵੀ ਇਹ ਚੀਜ਼ ਇੱਦਾਂ ਨਹੀਂ ਇੱਦਾਂ ਹੋਣੀ ਚਾਹੀਦੀ ਸੰਬੰਧਿਤ ਵਿਭਾਗ ਨੇ ਜਿਹੜੇ ਅਸੀਂ ਉਹਨਾਂ ਕੋਲ ਚਿੱਠੀਆਂ ਪਹੁੰਚਾਉਂਦੇ ਹਾਂ ਜਾਂ ਉਹਨਾਂ ਨੂੰ ਮਿਲ ਕੇ ਆਉਂਦੇ ਹਾਂ ਉਹਨਾਂ ਨੂੰ ਦੱਸਦੇ ਹਾਂ ਵੀ ਸਾਡੀ ਇਹ ਸਮੱਸਿਆ ਪ੍ਰੋਗਰੈਸਿਵ ਬੀਕੀਪਰ ਐਸੋਸੀਏਸ਼ਨ ਦੀ ਬਹੁਤ ਵੱਡੀ ਦੇਣ ਹੈ ਸਾਡੇ ਮੱਖੀ ਪਾਲਕਾਂ ਨੂੰ ਇਸ ਟਾਈਮ ਸਮਝ ਲਓ ਵੀ ਪੰਜਾਬ ਦੀ ਕਿਹਾ ਇੰਡੀਆ ਦੀ ਸਿਰਮੌਰ ਸੰਸਥਾ ਕਹਿ ਸਕਦੇ ਹਾਂ ਅਤੇ 20 ਸਾਲਾਂ ਦਾ ਇਤਿਹਾਸ ਹੈ ਜੀ ਸਾਡੀ ਪ੍ਰੋਗਰੈਸਿਵ ਬੀਕੀਪਰ ਐਸੋਸੀਏਸ਼ਨ ਦਾ ਅਤੇ ਯੂਨੀਵਰਸਿਟੀ ਦਾ ਕੀ ਰੋਲ ਰਹਿੰਦਾ ਹੈ ਉਹਦੇ ਵਿੱਚ ਯੂਨੀਵਰਸਿਟੀ ਦੇ ਜਿੱਦਾਂ ਜੀ ਕਿਸਾਨ ਕਲੱਬ ਹੈ ਜਾਂ ਹੋਰ ਕਲੱਬ ਨੇ ਉਸੇ ਤਰ੍ਹਾਂ ਇੱਕ ਰਜਿਸਟਰਡ ਕਲੱਬ ਕਹਿ ਲਓ ਉਹਨੂੰ ਜਾਂ ਰਜਿਸਟਰਡ ਐਸੋਸੀਏਸ਼ਨ ਹੈ ਜੋ ਯੂਨੀਵਰਸਿਟੀ ਦੇ ਝੰਡੇ ਥੱਲੇ ਕੰਮ ਕਰਦੀ ਹੈ ਅਤੇ ਹੁਣ ਇਹ ਵੀ ਆਪਾਂ ਯੂਨੀਵਰਸਿਟੀ ਦੇ ਸੇਧ ਸਦਕਾ ਜੀ ਐਸੋਸੀਏਸ਼ਨ ਦੇ ਨਾਲ ਰਲ ਕੇ ਹੁਣ ਤੁਸੀਂ ਦੋ ਕੁ ਮੇਲੇ ਤਾਂ ਤੁਸੀਂ ਵੀ ਦੇਖੇ ਨੇ ਅਸੀਂ ਜੰਮੇ ਹੋਏ ਸ਼ਹਿਰ ਦੀ ਅਵੇਅਰਨੈਸ ਫੈਲਾ ਰਹੇ ਹਾਂ ਜੀ ਗੌਰਮੈਂਟ ਸਬਸਿਡੀਆਂ ਦਿੰਦੀ ਹੈ ਉਹਦੀ ਦੁਰਵਰਤੋਂ ਹੁੰਦੀ ਹੈ ਤਾਂ ਅਸੀਂ ਉਹਦਾ ਵਿਰੋਧ ਕਰਦੇ ਹਾਂ ਜੇ ਗਲਤ ਹੁੰਦਾ ਵਿਰੋਧ ਕਰਦੇ ਯੂਨੀਵਰਸਿਟੀ ਵੱਲੋਂ ਵੀ ਮਤਲਬ ਉਹ ਹੁੰਦਾ ਆ ਯੂਨੀਵਰਸਿਟੀ ਵੱਲੋਂ ਸਾਨੂੰ ਸਮੇਂ ਸਮੇਂ ਤੇ ਸਾਡੀਆਂ ਟ੍ਰੇਨਿੰਗਾਂ ਲੱਗਦੀਆਂ ਜੀ ਨਵੇਂ ਬੀਕੀਪਰ ਵੀ ਪੈਦਾ ਕਰੇ ਜਾਂਦੇ ਆ ਜਿਹੜੇ ਪੁਰਾਣੇ ਨੇ ਉਹਨਾਂ ਨੂੰ ਵੀ ਟ੍ਰੇਨਿੰਗਾਂ ਦਿੱਤੀਆਂ ਜਾਂਦੀਆਂ ਜਾਂ ਕੁਛ ਵੈਲਿਊ ਐਡਡ ਜਿੱਦਾਂ ਸਾਬਣ ਹੋ ਗਿਆ ਜੈਮ ਹੋ ਗਿਆ ਅਚਾਰ ਮੁਰੱਬੇ ਇਹ ਚੀਜ਼ਾਂ ਵੀ ਨਾਲ ਬੀਕੀਪਰ ਨੂੰ ਸਿਖਾਈਆਂ ਜਾਂਦੀਆਂ ਵੀ ਇਹਨਾਂ ਦੇ ਇਨਕਮ ਹੋਰ ਹਾਂ ਸੋਰਸ ਵੱਧ ਜਾਣ ਇਨਕਮ ਦੇ ਇਹ ਕਾਫੀ ਰਹਿੰਦਾ ਵਧੀਆ ਤਰੀਕਾ ਅਤੇ ਜੇ ਆਪਾਂ ਗੱਲ ਕਰਦੇ ਹਾਂ ਵੀ ਇੱਕ ਕਿਸੇ ਬੰਦੇ ਨੇ ਮਧੂ ਮੱਖੀ ਦਾ ਜਿਹੜਾ ਕਿੱਤਾ ਹੈ ਸ਼ੁਰੂ ਕਰਨਾ ਹੋਵੇ
ਤਾਂ ਉਹਨੂੰ ਮਤਲਬ ਕੀ ਕਰਨਾ ਪੈਂਦਾ ਪਹਿਲਾਂ ਉਹਨੂੰ ਮਤਲਬ ਕਿਸ ਤਰ੍ਹਾਂ ਇਹ ਕਿਸ ਕਿੱਤੇ ਵੱਲ ਵੱਧ ਸਕਦਾ ਉਹ ਸਭ ਤੋਂ ਪਹਿਲਾਂ ਜੀ ਉਹਨੂੰ ਟ੍ਰੇਨਿੰਗ ਕਰਨੀ ਪਏਗੀ ਅੱਛਾ ਜਾਂ ਤਾਂ ਆਪਣੀ PIU ਦਿੰਦੀ ਹੈ ਜਾਂ ਸੰਬੰਧਿਤ ਜੋ ਵੀ ਆਪਣੇ ਜ਼ਿਲ੍ਹੇ ਦੇ KVK ਨੇ ਇਹ ਦੇਣਗੇ ਕ੍ਰਿਸ਼ੀ ਵਿਗਿਆਨ ਕੇਂਦਰ ਜੀ ਜੇ ਇਹਨਾਂ 'ਚੋਂ ਵੀ ਨਾ ਟਾਈਮ ਲੱਗੇ ਤਾਂ ਕਿਸੇ ਉਹ ਆਪਣੇ ਨੇੜੇ ਦੇ ਜਾਣਕਾਰ ਬੀਕੀਪਰ ਨਾਲ 2-3 ਮਹੀਨੇ ਜਾਂ 1 ਸੀਜ਼ਨ ਲਾ ਕੇ ਦੇਖੇ ਵੀ ਕੀ ਸਿਸਟਮ ਹੈ ਫਿਰ ਇਸ ਕੰਮ ਨੂੰ ਛੋਟੇ ਸਕੇਲ ਤੋਂ ਕਰੇ ਮੈਂ ਵੱਡੇ ਸਕੇਲ ਤੋਂ ਨਹੀਂ ਕਹੂੰਗਾ ਛੋਟੇ ਮਤਲਬ ਘੱਟ ਆਪਣਾ ਇਨਕਮ ਸੋਰਸ ਘੱਟ ਖਰਚੇ 'ਚ ਘੱਟ ਪੈਸੇ ਲਾ ਕੇ ਸਟਾਰਟ ਕਰੇ ਅਤੇ ਇਹਨੂੰ 1 ਸਾਲ ਦੇਖੇ ਹਾਂ ਉਹਨੂੰ ਲੱਗਦਾ ਵੀ ਮੈਂ ਇਹ 'ਚ ਕਾਮਯਾਬ ਹੋ ਸਕਦਾ ਤਾਂ ਇਹਨੂੰ ਆਪਾਂ ਕਿਤੇ ਤੱਕ ਵੀ ਇਹ 'ਚ ਕਿਤੇ ਕਿੰਨੇ ਵੀ ਪੈਸੇ ਖਰਚ ਸਕਦੇ ਹੋ ਤੁਸੀਂ ਬਾਕੀ FASSI ਨੰਬਰ ਤਾਂ ਆਪਾਂ ਨੂੰ ਲੈਣਾ ਪੈਂਦਾ ਜੇ ਆਪਾਂ ਨੇ ਲੋਕਲ ਮਾਰਕੀਟ 'ਚ ਸੇਲ ਕਰਨਾ ਆਪਣਾ ਲੇਬਲ ਬ੍ਰਾਂਡ ਬਣਾਉਣਾ ਉਹ ਤਾਂ ਲੈਣਾ ਪੈਣਾ ਉਹਦਾ ਕੀ ਪ੍ਰੋਸੀਜਰ ਹੁੰਦਾ ਉਹਦਾ ਥੋੜ੍ਹੇ ਜਿਹੇ ਦਿਨਾਂ ਦੀ ਪ੍ਰੋਸੀਜਰ ਹੈ ਐਗ ਮਾਰਕ ਦਾ ਥੋੜ੍ਹਾ ਜ਼ਿਆਦਾ ਵੱਡਾ ਅਤੇ FASSI ਦਾ ਤਾਂ ਥੋੜ੍ਹਾ ਛੋਟਾ ਹੀ ਪ੍ਰੋਸੀਜਰ ਹੈ ਇਹ ਤਾਂ ਆਪਣੇ ਜਿਹੜੇ ਡਿਸਟ੍ਰਿਕਟ ਹੋਸਪਿਟਲ ਨੇ ਇਹ ਤਾਂ ਸਿਵਲ ਸਰਜਨ ਕੋਲੋਂ ਹੀ ਮਿਲ ਜਾਂਦੇ ਨੇ ਫਾਰਮ ਭਰ ਕੇ ਉਹਦੀ ਕੋਈ ਫੀਸ ਵਗੈਰਾ ਉਹਦੀ ਫੀਸ ਹੁੰਦੀ ਹੈ ਥੋੜ੍ਹੀ ਜਿਹੀ ਥੋੜ੍ਹੀ ਮੋਟੀ ਨਾ ਕੋਈ ਬਹੁਤ ਜ਼ਿਆਦਾ ਨਹੀਂ ਅਤੇ 2 ਸਾਲ ਦਾ ਮਿਲਦਾ 3 ਸਾਲ ਦਾ ਮਿਲਦਾ ਮੇਰਾ ਖਿਆਲ ਉਸ ਨੰਬਰ ਦੇ ਆਧਾਰ ਤੋਂ ਬਾਅਦ ਤੁਸੀਂ ਮਾਰਕੀਟਿੰਗ ਕਰ ਸਕਦੇ ਤੁਸੀਂ ਆਪਣੇ ਰਿਲੇਟਿਵ ਨੇ ਜੋ ਤੁਹਾਡੇ ਜਾਣਕਾਰ ਨੇ ਨੋਨ ਨੇ ਉਹਨਾਂ 'ਚ ਤਾਂ ਲੂਜ ਵੀ ਕਰ ਸਕਦੇ ਹੋ ਕੋਈ ਸਮੱਸਿਆ ਨਹੀਂ ਇਹ ਜੇ ਤੁਸੀਂ ਜਿੱਦਾਂ ਚੰਡੀਗੜ੍ਹ ਦੀਆਂ ਕੁਛ ਮੰਡੀਆਂ ਨੇ ਜਾਂ ਉਹਨਾਂ 'ਚ ਜਾਣਾ ਜ਼ਿਆਦਾ ਕਮਰਸ਼ੀਅਲ ਏਰੀਆ 'ਚ ਜਾਓਗੇ ਉੱਥੇ FASSI ਦੀ ਲੋੜ ਪੈਂਦੀ ਹੈ ਅੱਛਾ ਬਾਕੀ ਜੇ ਲੋਕਲ ਮਾਰਕੀਟ ਜਿੱਦਾਂ ਆਪਣੇ ਜਾਣਕਾਰ ਨੇ ਨੋਨ ਨੇ ਉਹ ਲਿਓ ਤਾਂ ਕੋਈ ਉਹਨਾਂ ਨੂੰ ਤਾਂ ਕੋਈ ਸਮੱਸਿਆ ਨਹੀਂ ਹੈ ਉਹਨਾਂ ਵਾਸਤੇ ਤਾਂ ਤੁਸੀਂ ਉਹ ਲਾਇਸੈਂਸ ਹੋ ਉਹ ਵਿਸ਼ਵਾਸ ਹੈ ਤੁਹਾਡੇ ਬਿਲਕੁਲ ਫਿਰ ਤੁਹਾਡੇ ਐਸੋਸੀਏਸ਼ਨ ਨਾਲ ਜੁੜ ਕੇ ਹੋਰ ਵੀ ਉਹਨੂੰ ਗਾਈਡਲਾਈਨ ਮਿਲ ਜਾਣਗੀਆਂ ਹਾਂ ਮਿਲ ਜਾਣਗੀਆਂ ਜੀ ਐਸੋਸੀਏਸ਼ਨ ਦੇ ਸਕਦੀ ਹੈ ਸਾਡੀ ਕੋਈ ਸੰਬੰਧਿਤ ਨੇੜੇ ਦੇ ਬੀਕੀਪਰ ਨੇ ਉਹ ਦੇ ਸਕਦੇ ਹੈ ਜੀ KVK ਨੇ ਉਹ ਦੇ ਸਕਦੇ ਹੈ ਅਤੇ ਹੁਣ ਜਿਹੜਾ ਸਭ ਤੋਂ ਵੱਡਾ ਜਿਹੜਾ ਕੁਐਸਚਨ ਰਹਿੰਦਾ ਆ ਕਿਸੇ ਵੀ ਕਿੱਤੇ ਦੇ ਵਿੱਚ ਉਹ ਰਹਿੰਦਾ ਮਾਰਕੀਟਿੰਗ ਦਾ ਮੰਡੀ ਕਰਨ ਦਾ ਕੋਈ ਵੀ ਕਿੱਤਾ ਹੈ ਨਾ ਕੋਈ ਵੀ ਸ਼ੁਰੂ ਕਰਦੇ ਹਾਂ ਖਾਸ ਕਰਕੇ ਪ੍ਰਾਈਵੇਟ ਕੰਮ ਅਗਲਾ ਕਹਿੰਦਾ ਯਾਰ ਇਹਦੀ ਮਤਲਬ ਮੈਨੂੰ ਪੈਸੇ ਕਿਵੇਂ ਬਣਨਗੇ ਹੈ ਨਾ ਮਾਰਕੀਟਿੰਗ ਕਿੱਥੇ ਆ ਇਹਦੀ ਮੰਡੀਕਰਨ ਕਿੱਥੇ ਆ ਤਾਂ ਜਦੋਂ ਆਪਾਂ ਇਸ ਕਿੱਤੇ ਦੀ ਗੱਲ ਕਰਦੇ ਹਾਂ ਤਾਂ ਮੰਡੀਕਰਨ ਕਿਵੇਂ ਰਹਿੰਦਾ ਹੈ ਸਾਰਾ ਮਤਲਬ ਖਰੀਦ ਫਰੋਖਤ ਦਾ ਕੰਮ ਕਿਵੇਂ ਚੱਲਦਾ ਆਪ ਬਣਾਉਣੇ ਪੈਂਦੇ ਆ ਗਾਹਕ ਜਾਂ ਮਾਰਕੀਟ ਹੈਗਾ ਜਾਂ ਵਿਚੋਲੇ ਨੇ ਉਹਨਾਂ ਨੂੰ ਦਿੰਦੇ ਹੋ ਸਿਸਟਮ ਕਿਵੇਂ ਰਹਿੰਦਾ ਜਿਹੜਾ ਸਭ ਤੋਂ ਮੇਨ ਸਵਾਲ ਹੈ ਜੀ ਸਾਡੇ ਕਿੱਤੇ ਨਾਲ ਸੰਬੰਧਿਤ ਤੁਸੀਂ ਹੁਣ ਪੁੱਛਿਆ ਮੈਨੂੰ ਮੈਂ ਇਹਨੂੰ ਸਭ ਤੋਂ ਵਧੀਆ ਸਵਾਲ ਕਹਿ ਸਕਦਾ ਸਰਕਾਰ ਨੇ ਮਧੂਮੱਖੀ ਦਾ ਕੰਮ ਸਟਾਰਟ ਕਰਾ ਕੇ ਸਾਨੂੰ ਸਾਡੇ ਨਾਲ ਐਂ ਸਮਝ ਲਓ ਬਈ ਮਤਰੇਈ ਮਾਂ ਵਾਲਾ ਕੰਮ ਕੀਤਾ ਅੱਛਾ ਹੁਣ ਆਪਣੇ ਮੋਦੀ ਸਾਹਿਬ ਨੇ ਉਹਨਾਂ ਨੇ ਮਧੂ ਕ੍ਰਾਂਤੀ ਵਾਸਤੇ ਹੁਣ ਪਿੱਛੇ ਕਿੰਨੇ ਉਹਨਾਂ ਦੀ ਪਿੱਛੇ ਐਡ ਆਉਂਦੀ ਸੀ ਠੀਕ ਹੈ ਨਵੇਂ ਮੱਖੀ ਪਾਲਕ ਪੈਦਾ ਹੋ ਰਹੇ ਨੇ ਪਰ ਇਹਨਾਂ ਨੂੰ ਜਿਹੜੇ ਪਿੱਛੇ ਕੰਮ ਕਰ ਰਹੇ ਇਹਨਾਂ ਨੂੰ ਸੰਭਾਲਣ ਵਾਲਾ ਕੋਈ ਨਹੀਂ ਕੋਈ ਸਾਡੀ ਸਰਕਾਰੀ ਖਰੀਦ ਨਹੀਂ ਹੈ ਸਾਡਾ ਸਾਰਾ ਪ੍ਰਾਈਵੇਟ ਹੱਥਾਂ 'ਚ ਕੰਮ ਹੈ 10-20 ਮਤਲਬ ਐਕਸਪੋਰਟਰ ਨੇ ਜਿਹੜੇ ਮੋਟੇ ਨੇ ਇੰਡੀਆ ਦੇ ਉਹ ਆਪਸ 'ਚ ਮੀਟਿੰਗ ਕਰਕੇ ਪੂਲ ਕਰ ਦਿੰਦੇ ਨੇ ਅਤੇ ਉਹਨਾਂ ਦੇ ਹੱਥ 'ਚ ਸਾਰੀ ਮਾਰਕੀਟ ਹੈ ਉਹ ਜਿੱਥੇ ਚਾਹਣਗੇ ਤਾਂ ਰੇਟ ਅੱਪ ਹੋਜੂਗਾ ਜਿੱਥੇ ਚਾਹਣਗੇ ਉਹ ਮਾਰਕੀਟ ਰੋਕ ਦੇਣਗੇ ਉਹਨਾਂ ਦੇ ਰਹਿਮੋ ਕਰਮ ਐਂ ਕਹਿ ਸਕਦਾ ਉਹਨਾਂ ਦੇ ਰਹਿਮੋ ਕਰਮ 'ਤੇ ਕੁਛ ਬੰਦੇ ਨੇ ਜਿਹਨਾਂ ਨੇ ਮਾਰਕੀਟ ਨੂੰ ਕੰਟਰੋਲ ਇਹਨਾਂ ਨੇ ਕੰਟਰੋਲ ਕੀਤਾ ਇਹ ਸਾਰਾ ਚੱਕਰ ਹੈ ਇਹ ਪ੍ਰਾਈਵੇਟ ਮਾਰਕੀਟਿੰਗ ਕਰਕੇ ਜੇ ਸਾਨੂੰ ਸਰਕਾਰ ਸਰਕਾਰੀ MSP ਦੇਵੇ ਸਾਡਾ ਸਰਕਾਰੀ ਮੁੱਲ ਤੈਅ ਹੋਵੇ ਤਾਂ ਸਾਨੂੰ ਇਹਨਾਂ ਲੋਕਾਂ ਦੇ ਹੱਥਾਂ ਵੱਲ ਨਾ ਦੇਖਣਾ ਪਵੇ ਤਾਂ ਫਿਰ ਵੀ ਤੁਸੀਂ ਆਪਦੀ ਮਿਹਨਤ ਨਾਲ ਜਦੋ ਜਹਿਦ ਨਾਲ ਇੱਕ ਆਪਣੀ ਮਾਰਕੀਟ ਵੀ ਬਣਾਈ ਹੋਈ ਹੈ ਅਸੀਂ ਆਪਣੀ ਪ੍ਰਚੂਨ ਰਾਹੀਂ ਅਸੀਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਲੈਂਦੇ ਹਾਂ ਜੋ ਮਤਲਬ ਪ੍ਰਚੂਨ ਮੇਰਾ ਕਹਿਣ ਦਾ ਮਤਲਬ ਜੋ ਲੋਕਲ ਸੇਲ ਹੁੰਦੀ ਹੈ ਸਾਡੀ ਅਤੇ ਜ਼ਿਆਦਾਤਰ ਤਾਂ ਸਾਡਾ ਇਹ ਮੰਨ ਕੇ ਚਲੋ ਵੀ 95% ਤਾਂ ਸਾਨੂੰ ਬਲਕ 'ਚ ਵੇਚਣਾ ਪੈਂਦਾ ਹੁਣ ਅਸੀਂ ਇੰਨਾ ਸਾਡੇ ਕੋਲ ਇੱਕ ਵੀ ਜਿਹੜਾ 1012 ਫੁੱਟ ਡੱਬੇ ਵਾਲਾ ਬੀਕੀਪਰ ਹੈ ਉਹਦੇ ਕੋਲ 20-20 ਟਨ ਮਾਲ ਹੁੰਦਾ ਉਹ ਕਿੱਥੇ ਵੇਚ ਦੇਗਾ ਆਪਣੀ ਜਿਹੜੀ ਬਿਲਕੁਲ ਖਰਚੇ ਨੇ ਫਾਰਮ ਦੇ ਖਰਚੇ ਨੇ ਸਾਡੇ ਪਰਿਵਾਰ ਦੇ ਖਰਚੇ ਨੇ ਸਾਡੇ ਬੱਚਿਆਂ ਦੀਆਂ ਫੀਸਾਂ ਨੇ ਅਤੇ ਸਾਡੀ ਗੌਰਮੈਂਟ ਨੂੰ ਚਾਹੀਦਾ ਬਈ ਸਾਨੂੰ ਸਰਕਾਰੀ ਮੰਡੀ ਦੇਵੇ ਸਾਨੂੰ MSP ਦੇਵੇ ਸਾਡੀਆਂ ਫਸਲਾਂ ਵਾਂਗੂ ਤਾਂ ਕਿ ਸਾਡਾ ਬੀਕੀਪਰ ਹੈ ਇਹ ਕਿਸੇ ਦੇ ਹੱਥਾਂ ਵੱਲ ਨਾ ਦੇਖੇ ਅਤੇ ਇਸ ਲਾਈਨ 'ਚ ਬਹੁਤ ਸਕੋਪ ਹੈ ਜੇ ਸਰਕਾਰ ਅੱਗੇ ਆਉਂਦੀ ਹੈ ਮਤਲਬ ਤੁਹਾਡੇ ਮੁਤਾਬਕ ਕੀ ਹੋਣਾ ਚਾਹੀਦਾ ਸਰਕਾਰ ਨੂੰ ਕੀ ਕਰਨਾ ਚਾਹੀਦਾ ਜੇ ਪਲੇਟਫਾਰਮ ਦੇ ਵਿੱਚ ਕਿਹੜੀਆਂ ਗੱਲਾਂ ਹੋਣੀਆਂ ਚਾਹੀਦੀਆਂ ਸਰਕਾਰ ਨੂੰ ਦੇਖੋ ਜੀ ਮੈਂ 2 ਡਿਮਾਂਡਾਂ ਕਰਦਾ ਸਰਕਾਰ ਨੂੰ ਇੱਕ ਤਾਂ ਸਾਨੂੰ ਡਿਸਟ੍ਰਿਕਟ ਵਾਈਜ਼ ਇੱਕ ਲੈਬੋਰਟਰੀ ਦੇਈ ਦੇਵੇ ਜਿਹ 'ਚੋਂ ਮੈਂ ਖੁਦ ਜਾ ਕੇ ਆਪਣਾ ਸੈਂਪਲ ਚੈੱਕ ਕਰਾ ਕੇ ਅਤੇ ਮੈਂ ਉਹੀ ਮਾਲ ਪੈਕ ਕਰਕੇ ਕਸਟਮਰ ਨੂੰ ਵੇਚਾਂ ਅਤੇ ਮੈਂ ਉਹਨੂੰ ਉਹਦੀ ਕਾਪੀ ਦੇ ਸਕਾਂ
ਵੀ ਮੈਂ ਆਹ ਦੇਖੋ ਆਪਣੀ ਆਹ ਲੈਬੋਰਟਰੀ ਹੈ ਮੈਂ ਇੱਥੋਂ ਚੈੱਕ ਕਰਾ ਕੇ ਤੂੰ ਭਾਈ ਉੱਥੇ ਜਾ ਕੇ ਪਤਾ ਕਰ ਠੀਕ ਹੈ ਅਤੇ ਇਹਦੇ ਟੈਸਟ ਬਹੁਤ ਮਹਿੰਗੇ ਨੇ ਅਤੇ ਆਮ ਬੀਕੀਪਰ ਦੀ ਪਹੁੰਚ ਤੋਂ ਬਾਹਰ ਨੇ ਜੇ ਆਪਾਂ ਸ਼ਹਿਦ ਦੇ ਸਾਰਾ ਟੈਸਟ ਕਰਾਈਏ ਟੋਟਲ ਤਾਂ 60 to 62,000 rupees ਇੱਕ ਸੈਂਪਲ ਦਾ ਖਰਚਾ ਅਤੇ ਬੀਕੀਪਰ ਇੰਨਾ ਕੋਈ ਸਮਰੱਥ ਨਹੀਂ ਹੈ ਬਈ ਉਹ ਵਾਰ ਵਾਰ ਆਪਣਾ 10 balties ਦਾ 50 balties ਦਾ ਟੈਸਟ ਕਰਾਉਂਦਾ ਫਿਰ ਉਹ ਅਤੇ ਮੇਰੇ ਕੋਲ 15 quintal ਮਾਲ ਹੈ ਮੈਂ ਇਹ ਸੇਲ ਕਰਨਾ ਲੋਕਲ ਮਾਰਕੀਟ ਮੈਂ ਉਸ 15 quintal ਮਾਲ ਦਾ ਸ਼ਹਿਦ ਦਾ ਟੈਸਟ ਕਰਾ ਲਿਆ ਠੀਕ ਹੈ ਉਹਦੇ 'ਤੇ ਮੇਰੇ ਇੱਕ ਇੱਕ ਸੈਂਪਲ ਦੇ ਪੈਸੇ ਲੱਗਣਗੇ ਅਤੇ ਮੈਂ 15 balties ਦੂਜੇ ਦੇ ਵੀ ਵੇਚਣੀਆਂ ਨੇ ਫਿਰ ਉਹਦਾ ਵੀ ਮੇਰੇ ਕੋਲ ਉਹ ਚਾਹੀਦਾ ਨਹੀਂ ਉਹਦਾ ਮੈਂ ਤੁਹਾਡੀ ਗੱਲ ਸਮਝ ਗਿਆ ਮੈਂ ਜਿਹੜੀ ਗੱਲ ਪੁੱਛਣਾ ਚਾਹੁੰਦਾ ਜਿਵੇਂ ਹੁਣ ਮੰਨ ਲਓ ਤੁਸੀਂ ਟੈਸਟ ਕਰਾ ਲਿਆ ਇੱਕ ਵਾਰ ਖਰਚਾ ਲੈ ਕੇ ਅੱਡ ਅੱਡ ਵਰਾਇਟੀਆਂ ਦਾ ਜੀ ਜੀ ਤਾਂ ਫਿਰ ਅਗਲੇ ਸਾਲ ਵੀ ਫਿਰ ਦੁਬਾਰਾ ਕਰਾਉਣਾ ਪਊਗਾ ਟੈਸਟ ਬਿਲਕੁਲ ਕਰਾਉਣਾ ਪਊਗਾ ਜੀ ਅੱਛਾ ਬਿਲਕੁਲ ਹਰ ਸੀਜ਼ਨਲ ਹੁੰਦਾ ਜੀ ਹਰ ਸੀਜ਼ਨਲ ਹੁੰਦਾ ਟੈਸਟ ਸੀਜ਼ਨਲ ਹੁੰਦਾ ਜੀ ਇਹਦਾ ਫਿਰ ਕੋਸਟਲੀ ਹੈ ਕਾਫੀ ਹਾਂ ਇਸੇ ਕਰਕੇ ਕਹਿੰਦਾ ਵੀ ਗਵਰਨਮੈਂਟ ਸਬਸਿਡੀ ਦੇਵੇ ਹਾਂ ਇਹ ਸਰਕਾਰੀ ਲੈਬਾਂ ਲੱਗਣ ਲੈਬਾਂ ਲੱਗਣੀਆਂ ਤੇ ਜਿਹੜਾ ਸਭ ਤੋਂ ਸਾਡਾ ਜ਼ਰੂਰੀ ਹੈ ਸਾਡੇ ਬੀਕੀਪਰਾਂ ਵਾਸਤੇ ਵੀ ਇਹਦੀ ਸਰਕਾਰੀ ਖਰੀਦ ਹੋਵੇ ਸਰਕਾਰੀ ਮੰਡੀ ਬਣੇ ਤਾਂ ਜੋ ਬੀਕੀਪਰ ਦੀ ਜਿਹੜੀ ਅੰਨੇਵਾਹ ਲੁੱਟ ਹੋ ਰਹੀ ਹੈ ਮੈਂ ਲੁੱਟੇ ਕਹਾਂਗਾ ਇਹਨੂੰ ਅੰਨੇਵਾਹ ਲੁੱਟ ਹੋ ਰਹੀ ਹੈ ਸਾਡੀ ਇਹ ਰੁਕ ਸਕੇ ਮੀਡੀਏਟਰ ਜਿਹੜਾ ਬੰਦਾ ਹੈ ਵਿਚੋਲਾ ਆ ਹਾਂ ਉਹ ਵੱਧ ਰਹੇ ਹੁਣ ਤੁਹਾਨੂੰ ਵੇਚਣਾ ਪੈਂਦਾ ਸਾਨੂੰ ਦੇਖੋ ਜੀ ਕਿਸਾਨ ਕੋਈ ਵੀ ਹੈ 90% ਕਿਸਾਨ ਇਹੋ ਜਿਹਾ ਹੁੰਦਾ ਜਿਹੜਾ ਉਤਪਾਦਨ ਕਰ ਸਕਦਾ ਪਰ ਸਟਾਕ ਨਹੀਂ ਕਰ ਸਕਦਾ ਸਟਾਕ ਨਹੀਂ ਕਰ ਸਕਦਾ ਹਾਂ ਕਿਉਂ ਸਾਡੇ ਕੋਲ ਇੰਨੇ ਵਸੀਲੇ ਨਹੀਂ ਹੁੰਦੇ ਵੀ ਅਸੀਂ ਉਹਨੂੰ ਸਟਾਕ ਕਰਕੇ ਰੱਖੀਏ ਬਿਲਕੁਲ ਠੀਕ ਹੈ ਨਾ ਤੇ ਕਿਸਾਨ ਦਾ ਤਾਂ ਐਂਗਾ ਵੀ ਅੱਜ ਪੈਦਾ ਹੋਇਆ ਹੁਣ ਆਪਣੀ ਜੀਰੀ ਦੀ ਕ੍ਰੋਪ ਚੱਲ ਰਹੀ ਹੈ ਖੇਤਾਂ 'ਚੋਂ ਸਿੱਧੀ ਟਰਾਲੀ ਮੰਡੀ 'ਚ ਜਾਊਗੀ ਇਹੀ ਕੰਮ ਸਾਡਾ ਅਸੀਂ ਜਿੱਥੋਂ ਜਿਹੜਾ ਸੀਜ਼ਨ ਲਾ ਕੇ ਉਸੇ ਸੀਜ਼ ਉਸੇ ਜਗ੍ਹਾ ਤੋਂ ਅਸੀਂ ਗੱਡੀ ਭਰ ਦੇਣੀ ਕੰਪਨੀ ਨੂੰ ਜਾਏਗਾ ਸਾਡਾ ਸਾਡੇ ਕੋਲ ਇੰਨੀ ਕੰਪੈਸਿਟੀ ਨਹੀਂ ਹੈ ਸਾਡੇ ਕੋਲ ਇੰਨੇ ਸੋਰਸ ਨਹੀਂ ਹੈ ਵੀ ਅਸੀਂ ਅੱਗੇ ਦਾ ਖਰਚਾ ਕਰ ਸਕੀਏ ਤੇ ਦੂਜੀ ਸਾਨੂੰ MSP ਮਿਲਣੀ ਚਾਹੀਦੀ MSP ਤੁਹਾਡਾ ਇਹਦਾ ਕਿ ਰੇਟ ਤੈਅ ਤੇ ਗਵਰਨਮੈਂਟ ਐਕਸਪੋਰਟ ਕਰੇ ਇਹ 1,000 crore rupees ਦੀ ਇੰਡਸਟਰੀ ਹੈ ਜਿਹਦੋਂ ਗਵਰਨਮੈਂਟ ਨੂੰ ਬਹੁਤ ਰੈਵਨਿਊ ਜਨਰੇਟ ਹੋ ਸਕਦਾ ਜੇ ਗਵਰਨਮੈਂਟ ਇਸ ਕੰਮ ਨੂੰ ਆਪਣੇ ਹੱਥਾਂ 'ਚ ਲਵੇ ਹਾਂ ਰੈਵਨਿਊ ਜਨਰੇਟ ਹੋ ਸਕਦਾ ਬਿਲਕੁਲ ਤੇ ਹੋਰ ਵੀ ਲੋਕ ਜੁੜਨਗੇ ਬਿਲਕੁਲ ਰੋਜ਼ਗਾਰ ਦਾ ਜਦ ਗਵਰਨਮੈਂਟ ਐਕਸਪੋਰਟ ਕਰੇਗੀ ਗਵਰਨਮੈਂਟ ਦੀ ਖਰੀਦ ਹੋਊਗੀ ਤਾਂ ਉਹਦਾ ਨੈਚੁਰਲੀ ਹੈ ਲੋਕ ਵਧਣਗੇ ਜੇ ਸਰਕਾਰ ਆਪਣੇ ਹੱਥਾਂ 'ਚ ਲੈ ਕੇ ਇਸ ਕੰਮ ਨੂੰ ਆਪਣੇ ਹੱਥਾਂ 'ਤੇ ਲੈ ਕੇ ਖੁਦ ਦੀ ਐਕਸਪੋਰਟ ਕਰੇ ਪੰਜਾਬ ਗਵਰਨਮੈਂਟ ਐਕਸਪੋਰਟ ਕਰੇ ਤਾਂ 1,000 crore rupees ਦਾ ਰੈਵਨਿਊ ਆ ਸਕਦਾ ਬਿਲਕੁਲ ਇਹ 'ਚ ਇੰਨਾ ਸਕੋਪ ਹੈ ਸਕੋਪ ਹੈ ਹਾਂ ਹਾਲਾਂਕਿ ਇਹ ਵੀ ਦੇਖ ਲਓ ਹਨਾ ਬਾਹਰ ਡਿਮਾਂਡ ਹੈਗੀ ਹੈ ਇਹਦੀ ਕਾਫੀ ਡਿਮਾਂਡ ਹੈਗੀ ਹੈ ਜੀ ਜੇ ਡਿਮਾਂਡ ਜੇ ਪ੍ਰਾਈਵੇਟ ਬੰਦਾ ਇੱਕ ਪ੍ਰਾਈਵੇਟ ਪਰਸਨ ਜਿਹੜਾ ਇੰਡੀਵਿਜੂਅਲੀ ਇਕੱਲਾ ਭੇਜ ਸਕਦਾ ਫਿਰ ਸਰਕਾਰ ਤਾਂ ਬਹੁਤ ਬੜੀ ਚੀਜ਼ ਹੈ ਸਰਕਾਰ ਕੀ ਨਹੀਂ ਕਰ ਸਕਦੀ ਹੈ ਹਾਲਾਂਕਿ ਕੁਛ ਕੁ ਫਾਰਮਰ ਜਿਹੜੇ ਵੱਡੇ ਨੇ ਐਕਸਪੋਰਟ ਵੀ ਕਰ ਰਹੇ ਨੇ ਹਨਾ ਕਰਦੇ ਨੇ ਆਪਦਾ ਸਾਧਨ ਹੈ ਕਰਦੇ ਨੇ ਜੀ ਕਰਦੇ ਨੇ ਜਿਨ੍ਹਾਂ ਕੋਲ ਸੋਰਸ ਹੈ ਉਹ ਕਰਦੇ ਸੋਰਸ ਹੈਗੇ ਨੇ ਹਨਾ ਕਮਾਈ ਹੈਗੀ ਹੈ ਜਿਨ੍ਹਾਂ ਕੋਲ ਚੰਗੀ ਉਹ ਕਰਦੇ ਨੇ ਤੇ ਬਾਹਰ ਐਕਸਪੋਰਟ ਕਰਨ ਵਾਲਾ ਵੀ ਇਸ ਤਰ੍ਹਾਂ ਬਹੁਤ ਮਹਿੰਗਾ ਸੌਦਾ ਹੋਊਗਾ ਜੇ ਮਤਲਬ ਤੁਸੀਂ ਬਾਹਰ ਐਕਸਪੋਰਟ ਕਰਨਾ ਚਾਹੋਗੇ ਤਾਂ ਉਹ ਵੀ ਬੜਾ ਮਹਿੰਗਾ ਸੌਦਾ ਹੋਊਗਾ ਇਹਦੇ ਬਾਰੇ ਫੁੱਲ ਪ੍ਰੋਪਰ ਜਾਣਕਾਰੀ ਨਹੀਂ ਹੈ ਮੈਨੂੰ ਜਿੰਨੀ ਕੁ ਮੈਨੂੰ ਪਤਾ ਇਹਦੇ ਬਾਰੇ ਪਹਿਲਾਂ ਟੈਂਡਰ ਲੈਣਾ ਪੈਂਦਾ ਬਾਹਰੋਂ ਇੱਕ ਲੈਬੋਰਟਰੀ ਵਾਲਾ ਟੈਸਟ ਵੀ ਕਰਨਾ ਪੈਂਦਾ ਲੈਬੋਰਟਰੀ ਤੇ ਉਹ ਉੱਥੇ ਦਾ ਮੰਗਦੇ ਆ ਆਪਣਾ ਜਰਮਨ ਦੀ ਇੰਟਰਟੈਕ ਲੈਬ ਦਾ ਟੈਸਟ ਉਹ ਮੰਗਦੇ ਆ ਉਹ ਸੈਂਪਲ ਟੈਸਟਿੰਗ ਮੰਗਦੇ ਆ ਤੇ ਹੁਣ ਤਾਂ ਸ਼ਾਇਦ ਆਪਣੇ PBTI ਇਹ ਮੋਹਾਲੀ ਵਾਲੀ ਹੈ ਇਹਦਾ ਵੀ ਲੱਗਣ ਲੱਗ ਗਿਆ ਜੀ ਇਹਦਾ ਵੀ ਲੱਗਦਾ ਇਹਦਾ ਹਾਂ ਪਰ ਜਿਹੜਾ ਇੱਥੇ ਇਹ ਹੈਗੀ ਹੈ ਇਹ ਵੀ ਹਲੇ ਕੋਸਟਲੀ ਹੈ ਇਹ ਵੀ ਕੋਸਟਲੀ ਹੈ ਜੀ ਇਹ ਵੀ ਮੈਂ ਪਤਾ ਕਰਿਆ ਇਹ ਵੀ 60-62,000 rupees ਮੰਗਦੇ ਇੱਕ ਸੈਂਪਲ ਇੱਕ ਸੈਂਪਲ ਦਾ ਇਹ ਤੁਹਾਡੀ ਵੱਡੀ ਜਿਹੜੀ ਦਿੱਕਤ ਹੈਗੀ ਹੈ ਤੇ ਫਿਰ ਵੀ ਇਹਨਾਂ ਦਿੱਕਤਾਂ ਦਾ ਸਾਹਮਣਾ ਕਰਦੇ ਹੋਏ ਤੁਸੀਂ ਮਤਲਬ ਆਪ ਸੰਘਰਸ਼ ਕਰਦੇ ਹੋਏ ਕਮਾਈ ਕਰ ਰਹੇ ਹੋ ਪਰ ਜੇਕਰ ਸਰਕਾਰ ਇਹ ਦਿੱਕਤਾਂ ਦੂਰ ਕਰ ਦੋ ਤਾਂ ਚੋਖੀ ਕਮਾਈ ਹੋ ਸਕਦੀ ਹੈ ਬਿਲਕੁਲ ਸਾਡਾ ਲੋਕ ਵੀ ਆ ਮੈਂ ਦਾਅਵੇ ਨਾਲ ਕਹਿ ਸਕਦਾ ਜੀ ਜਿਹੜਾ ਸਾਡਾ ਨੌਜਵਾਨ ਇਸ ਟਾਈਮ ਮਾਈਗ੍ਰੇਟ ਹੋ ਰਿਹਾ ਪ੍ਰਵਾਸ ਕਰ ਰਿਹਾ ਯੂਰਪ ਦੇ ਦੇਸ਼ਾਂ ਨੂੰ ਉਹਨੂੰ ਕੁਛ ਨਾ ਕੁਛ ਠੱਲ ਪੈ ਸਕਦੀ ਹੈ ਰੋਜ਼ਗਾਰ ਦਾ ਸਾਧਨ ਰੋਜ਼ਗਾਰ ਦੇ ਸਾਧਨ ਵੱਧ ਸਕਦੇ ਹਾਂ ਆਪਾਂ ਇੱਥੇ ਆਪਣੇ ਦੇਸ਼ 'ਚ ਰਹਿ ਕੇ ਵੀ ਵਧੀਆ ਰੋਟੀ ਖਾ ਸਕਦੇ ਹਾਂ ਵਧੀਆ ਰੋਟੀ ਖਾ ਸਕਦੇ ਹਾਂ